ਸਸ਼ਕਾਲ ਐਚਐਸਐਨ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ੀਤਲ ਠਾਕੁਰ ਜੰਗੀਰ ਪ੍ਰੋਗਰਾਮ 'ਚ ਨਿੱਘਾ ਸਵਾਗਤ ਕਰਦੀ ਆ। ਸੋ ਸਿਆਸਤ ਨਾਲ ਜੁੜੇ ਪੱਖ ਦੇ ਮੁੱਦਿਆਂ ਦੇ ਉੱਤੇ ਗੱਲਬਾਤ ਕਰਦੇ ਹਾਂ। ਹਰ ਰੋਜ਼ ਅਸੀਂ ਇਸ ਮੰਚ ਦੇ ਜ਼ਰੀਏ ਤੁਹਾਡੇ ਨਾਲ ਜੁੜਦੇ ਹਾਂ ਔਰ ਅਸਲੀਅਤ ਕੀ ਹੈ ਖਬਰਾਂ ਦੇ ਪਿੱਛੇ ਦੀ ਸੱਚਾਈ ਕੀ ਹੈ ਉਹਦੇ ਬਾਰੇ ਚਾਤ ਵੀ ਮਰਵਾਉਣੀ ਆ। ਸੋ ਇਹਨਾਂ ਸਾਰਿਆਂ ਮੁੱਦਿਆਂ ਦੇ ਉੱਤੇ ਡੂੰਗੀ ਚਾਤ ਪਾਉਣ ਦੇ ਲਈ ਸਾਡੇ ਸਟੂਡੀਓ ਦੇ ਵਿੱਚ ਮਾਹਿਰ ਮਹਿਮਾਨ ਮੌਜੂਦ ਨੇ ਮਿਸਟਰ ਬਲਜੀਤ ਸਿੰਘ ਸਰ ਬਹੁਤ-ਬਹੁਤ ਸਵਾਗਤ ਹੈ। ਸ਼ੁਕਰੀਆ। ਸਸ਼ਕਾਲ, ਨਮਸਕਾਰ। ਆਦab ਸਰ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਅੱਜ ਨਵਜੋਤ ਸਿੰਘ ਸਿੱਧੂ ਦੀ ਜਿਹੜੇ ਕੀ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਨੇ ਬਿਆਨ ਦਿੱਤਾ ਬਿਆਨ ਦੇ ਵਿੱਚ ਉਹਨਾਂ ਨੇ ਇਹ ਕਿਹਾ ਹੈ ਕਿ ਪੰਜਾਬ ਜਿਹੜਾ ਮਾਡਲ ਹੈ ਮੇਰਾ ਹਜੇ ਤੱਕ ਉਹਨਾਂ ਨੇ ਖੋਲ ਕੇ ਨਹੀਂ ਦੱਸਿਆ ਕਿ ਪੰਜਾਬ ਮਾਡਲ ਚ ਹੈ ਕੀ ਉਹਨਾਂ ਨੇ ਇਹ ਕਿਹਾ ਕਿ ਹਾਈ ਕਮਾਂਡ ਦੇ ਵੱਲੋਂ ਮੈਨੂੰ ਪੂਰੀ ਤਰ੍ਹਾਂ ਛੋਟ ਮਿਲ ਚੁੱਕੀ ਹੈ ਕਿ ਮੈਂ ਜਿਹੜਾ ਹੈ ਇਹ ਜਨਤਾ ਦੇ ਅੱਗੇ ਪੇਸ਼ ਕਰੂੰਗਾ ਔਰ ਉਹਨਾਂ ਨੇ ਕਿਹਾ ਕਿ ਕੱਲ ਤੱਕ ਜਿਹੜਾ ਹੈ ਮੈਂ ਪੰਜਾਬ ਮਾਡਲ ਖੋਲ ਕੇ ਲੋਕਾਂ ਦੇ ਅੱਗੇ ਰੱਖੂੰਗਾ ਔਰ ਕਾਂਗਰਸ ਪਾਰਟੀ ਦੀ ਜਿਹੜੀ ਮਨੋਰਥ ਨੀਤੀ ਹੋਊਗੀ ਉਹ ਮੇਰੇ ਪੰਜਾਬ ਮਾਡਲ ਦੇ ਉੱਤੇ ਆਧਾਰਿਤ ਹੋਊਗੀ ਇੱਕ ਗੱਲ ਤਾਂ ਉਹਨਾਂ ਨੇ ਇਹ ਕਹੀ ਦੂਸਰੀ ਗੱਲ ਉਹਨਾਂ ਨੇ ਇਹ ਕਹੀ ਹੈ ਕਿ ਮੇਰਾ ਮਨੋਰਥ ਪੰਜਾਬ ਦੇ ਵਿੱਚ ਕਿਸੇ ਨੂੰ ਅਹੁਦੇ ਨੂੰ ਪਾਣਾ ਨਹੀਂ ਹੈ ਮੈਂ ਸਿਰਫ ਪੰਜਾਬ ਦੇ ਨਾਲ ਵੱਜਿਆ ਹੋਇਆ ਤੇ ਪੰਜਾਬ ਜਿਹੜਾ ਹੈ ਉਹ ਕਿਸੇ ਦੀ ਵੀ ਨਿੱਜੀ ਜਾਇਦਾਦ ਨਹੀਂ ਹੈ ਕੀ ਕਹੋਗੇ ਉਹਨਾਂ ਦੇ ਅੱਜ ਦੇ ਇਸ ਬਿਆਨ ਦੇ ਬਾਰੇ ਦੇਖੋ ਇਹ ਜਿਹੜਾ ਬੰਦਾ ਹੈ ਇਹ ਜੋ ਕਹਿੰਦਾ ਏ ਉਹ ਹੋਰ ਆ ਹੂੰ ਜੋ ਇਹ ਸੋਚਦਾ ਉਹ ਹੋਰ ਆ ਹੂੰ ਇਹਦਾ ਅਤੀਤ ਹੋਰ ਆ ਇਹਦਾ ਵਰਤਮਾਨ ਹੋਰ ਆ ਤੇ ਭਵਿੱਖੇ ਦਾ ਹੋਰ ਆ ਬਿਲਕੁਲ ਤੁਸੀਂ ਵੇਖੋ ਕਿ ਬੰਦਾ ਕਈ ਪਾਰਟੀਆਂ ਬਦਲ ਕੇ ਫਿਰ ਇੱਥੇ ਕਾਂਗਰਸ ਚ ਸ਼ਾਮਿਲ ਹੋਇਆ ਹੂੰ ਇਸ ਬੰਦੇ ਨੂੰ ਜੇ ਇਹ ਗੱਲ ਕਹਿੰਦਾ ਕਿ ਮੈਨੂੰ ਰਤਬੇ ਰਤਬੇ ਦੀ ਚਾਹਤ ਨਹੀਂ ਹੈ ਹੂੰ ਤਾਂ ਇਹ ਗੱਲ ਸਾਫ਼ ਜ਼ਾਹਿਰ ਹੈ ਕਿ ਪ੍ਰਧਾਨਗੀ ਲੈਣ ਵਾਸਤੇ ਵੀ ਕਿਵੇਂ ਮਤਲਬ ਲਟਾਪਿੰਗ ਕੀਤਾ ਆਪਣੇ ਆਪ ਨੂੰ ਵੀ ਤੇ ਬਾਕੀਆਂ ਨੂੰ ਵੀ ਹਮ ਔਰ ਕਿਸ ਤਰ੍ਹਾਂ ਜੋੜ ਤੋੜ ਕੀਤੇ ਕਿਵੇਂ ਇਹ ਹਾਈ ਕਮਾਂਡ ਦੇ ਆ ਜੁੱਤੀਆਂ ਚ ਜਾ ਕੇ ਬੈਠਾ ਹਮ ਉੱਥੇ ਉਹਨਾਂ ਦੇ ਗੋਡੇ ਫੜੇ ਇਹ ਨੇ ਹਨਾ ਔਰ ਉਹ ਕਿੱਡੀ ਲੰਮੀ ਮਤਲਬ ਕਸ਼ਮਕਸ਼ ਸੀ ਇਹ ਦੀ ਜੀ ਚਲੋ ਇਹ ਪ੍ਰਧਾਨ ਬਣ ਗਿਆ ਉਸ ਤੋਂ ਬਾਅਦ ਤੁਹਾਨੂੰ ਇਹਦੇ ਬਿਆਨ ਵੀ ਸੁਣਨ ਚਾਏ ਹੋਣਗੇ ਜ਼ਰੂਰ ਜੀ ਕਿ ਇਹ ਕਹਿੰਦਾ ਸੀਗਾ ਕਿ ਭਗਵੰਤ ਸਿੰਘ ਦੇ ਪੁੱਤਰ ਕੋਲੇ ਤਾਕਤ ਨਹੀਂ ਹਮ ਔਰ ਜੇ ਕਿਤੇ ਮੇਰੇ ਕੋਲੇ ਤਾਕਤ ਹੁੰਦੀ ਤਾਂ ਅੱਜ ਪੰਜਾਬ ਦੀ ਦਿਸ਼ਾ ਤੇ ਦਸ਼ਾ ਹੋਰ ਹੁੰਨੀ ਸੀ ਇਹ ਵੀ ਕਹਿੰਦਾ ਔਰ ਇਹ ਗੱਲ ਵੀ ਕਿਸੇ ਤੋਂ ਲੁਕੀ-ਛੁਪੀ ਨਹੀਂ ਪੰਜਾਬ ਦੇ ਵਿੱਚ ਕਿ ਇਹ ਬੰਦਾ ਮੁੱਖ ਮੰਤਰੀ ਬਣਦੇ ਦਿਨੇ ਹੀ ਸੁਪਨੇ ਲੈਂਦਾ ਲੈਂਦਾ ਬਿਲਕੁਲ ਔਰ ਉਹਦੇ ਸੁਪਨੇ ਨੂੰ ਪੂਰਾ ਕਰਨ ਵਾਸਤੇ ਆਪਣੇ ਸੁਪਨੇ ਨੂੰ ਪੂਰਾ ਕਰਨ ਵਾਸਤੇ ਇਹ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਨੂੰ ਭੰਡਦਾ ਰਹਿੰਦਾ ਉਹਨਾਂ ਦੀ ਆਲੋਚਨਾ ਕਰਦਾ ਰਹਿੰਦਾ ਹੁਣ ਵੀ ਇਹਨੇ ਸਿੱਧੇ ਤੌਰ ਤੇ ਇਹੀ ਗੱਲ ਕਹੀ ਹੈ ਕਿ ਮੈਂ ਕਿਸੇ ਵਿਅਕਤੀ ਦੇ ਖਿਲਾਫ ਨਹੀਂ ਮੈਂ ਤਾਂ ਪੰਜਾਬ ਦੀ ਭਲਾਈ ਚਾਹੁੰਨਾ ਵੀ ਪਹਿਲੀ ਗੱਲ ਤਾਂ ਇਹ ਹੈ ਜਿੱਥੋਂ ਤੱਕ ਹਾਈ ਕਮਾਂਡ ਦੀ ਇਹ ਗੱਲ ਕਰਦਾ ਕਿ ਹਾਈ ਕਮਾਂਡ ਨੇ ਮੇਰਾ ਮਾਡਲ ਜਿਹੜਾ ਪੰਜਾਬ ਦਾ ਜਿਹੜਾ ਮਾੜਾ ਮੋਟਾ ਇਹਨੇ ਦੱਸਿਆ ਕਿ ਅਸੀਂ ਜੀ ਸ਼ਰਾਬ ਦੇ ਸਬੰਧ ਵਿੱਚ ਵੀ ਕਾਰਪੋਰੇਸ਼ਨ ਬਣਾਵਾਂਗੇ ਔਰ ਰੇਤੇ ਬਜਰੀ ਦੇ ਵੀ ਆ ਜਿਹੜਾ ਹੈ ਮਾਫੀਆ ਹੈਗਾ ਇਹਦੇ ਸਬੰਧ ਇਹਨੂੰ ਖਤਮ ਕਰਨ ਵਾਸਤੇ ਅਸੀਂ ਰੇਤੇ ਦੇ ਨੂੰ ਵੇਚਣ ਵਾਸਤੇ ਵੀ ਕਾਰਪੋਰੇਸ਼ਨ ਬਣਾਵਾਂਗੇ ਇਹਨਾਂ 50000 ਕਰੋੜ ਰੁਪਏ ਅਸੀਂ ਸਾਲਾਨਾ ਕਮਾਵਾਂਗੇ ਇਸ ਤਰ੍ਹਾਂ ਦੀ ਗੱਲਾਂ ਕਰਦਾ ਹੈ ਪਰ ਗੱਲ ਇਹ ਹੈ ਕਿ ਚਰਨਜੀਤ ਸਿੰਘ ਚੰਨੀ ਕੀ ਕਿਸੇ ਗਲਤ ਰਸਤੇ ਤੇ ਜਾ ਰਹੇ ਨੇ ਜੀ ਜਾਂ ਉਹ ਮਤਲਬ ਤਜਰਬਕਾਰ ਨਹੀਂ ਜਾਂ ਸਿਆਣੇ ਨਹੀਂ ਜਾਂ ਉਹਨਾਂ ਦਾ ਕੋਈ ਫੈਸਲਾ ਗਲਤ ਹੈ ਜੋ ਕੋਈ ਵੀ ਜਿਹੜਾ ਪੰਜਾਬ ਦਾ ਦਾਨਿਸ਼ਮੰਦ ਆਗੂ ਹੈ ਉਹ ਸੋਚਦਾ ਕਿ ਪੰਜਾਬ ਦਾ ਸਰਪੱਖੀ ਵਿਕਾਸ ਹੋਵੇ ਲੋਕਾਂ ਦੀਆਂ ਮੁਸ਼ਕਲਾਂ ਮੁਸੀਬਤਾਂ ਨੇ ਜਿਹੜੇ ਦੁੱਖ ਦਰਦ ਨੇ ਦੂਰ ਹੋਣ ਔਰ ਚਰਨਜੀਤ ਸਿੰਘ ਚੰਨੀ ਨੇ ਕੋਈ ਅਜਿਹਾ ਮਜ਼ਾਰਾ ਨਹੀਂ ਕੀਤਾ ਵੀ ਜਿੱਥੇ ਸਮਝਾ ਜਾਵੇ ਕੋਈ ਬੜੇ ਸੰਗਦਿਲ ਨੇ ਔਰ ਲੋਕਾਂ ਦੀ ਪਰਵਾਹ ਨਹੀਂ ਕਰਦੇ ਗੱਲ ਇਹ ਹੈ ਕਿ ਇਹ ਬੰਦੇ ਦਾ ਹੋਰ ਕੋਈ ਪੰਜਾਬ ਪੰਜਾਬੀ ਮਾਡਲ ਨਾਲ ਕੋਈ ਤਾਲੁਕ ਨਹੀਂ ਇਹਦਾ ਹੋਰ ਪੰਜਾਬ ਦੇ ਵਿਕਾਸ ਵੱਲ ਕੋਈ ਤਾਲਕ ਨਹੀਂ ਇਹਦੇ ਪੰਜਾਬ ਦੇ ਆਰਥਿਕ ਸਰੋਤ ਪੈਦਾ ਕਰਨ ਵੱਲ ਕੋਈ ਖਿਆਲ ਨਹੀਂ ਇਹਦਾ ਇੱਕੋ ਇੱਕ ਨੁਕਾਤੀ ਪ੍ਰੋਗਰਾਮ ਇਹ ਹੈ ਕਿ ਮੈਨੂੰ ਜਿਵੇਂ ਕਿਵੇਂ ਪੰਜਾਬ ਦਾ ਮੁੱਖ ਮੰਤਰੀ ਬਣਾ ਦਿਓ ਤੁਹਾਡੇ ਕਹਿੰਦਾ ਭਾਵੇਂ ਇਹ ਕਿਨਾਂ ਦੀ ਜ਼ੁਬਾਨ ਦੇ ਉੱਤੇ ਸ਼ਬਦ ਕੁਝ ਹੋਰ ਨੇ ਪਰ ਇਹਨਾਂ ਦੇ ਅੰਦਰ ਦੇ ਵਿਚਾਰ ਜਿਹੜੇ ਨੇ ਕੁਝ ਹੋਰ ਨੇ ਦੇਖੋ ਹੂੰ ਬੰਦੇ ਦਾ ਵਿਵਹਾਰ ਜ਼ੁਲਾ ਜ਼ਮੀਰ ਉਹਦਾ ਕਿਰਦਾਰ ਅਸੀਂ ਕਿੱਥੋਂ ਸਾਨੂੰ ਪਤਾ ਲੱਗਦਾ ਹੂੰ ਉਹ ਕੋਈ ਬੰਦਾ ਗੁੰਗਾ ਤਾਂ ਹੁੰਦਾ ਨਹੀਂ ਹੂੰ ਬੰਦਾ ਬੋਲਦਾ ਹੈ ਫਿਰ ਉਸ ਦੇ ਬੋਲਣ ਦੇ ਵਿੱਚ ਜੋ ਉਹ ਤਰਕ ਪੇਸ਼ ਕਰਦਾ ਹੈ ਜੋ ਬਿਆਨਬਾਜ਼ੀ ਕਰਦਾ ਹੈ ਇੱਕ ਤਾਂ ਆਧਾਰ ਨੂੰ ਬਣਾਇਆ ਜਾਂਦਾ ਹੈ ਹੂੰ ਬੰਦਾ ਬੋਲਦਾ ਕੀ ਹੈ ਤੇ ਉਹਦੇ ਤੇ ਅਮਲ ਕਿੰਨਾ ਕੁ ਕਰਦਾ ਹੈ ਫਿਰ ਬੰਦੇ ਦਾ ਪਿਛੋਕੜ ਹੁੰਦਾ ਹੂੰ ਕਿ ਯਾਰ ਇਹ ਪਿੱਛੇ ਕੀ ਕਰਦਾ ਰਿਹਾ ਹੈ ਜੀ ਅੱਜ ਮੈਂ ਜੇ ਦਰਬੇਸ਼ ਹਾਂ ਹੂੰ ਠੀਕ ਤੇ ਮੈਂ ਮਤਲਬ ਜੇ ਮੇਰਾ ਇਹ ਅਤੀਤ ਰਿਹਾ ਕਿ ਮੈਂ ਕੰਮ ਸਾਰੇ ਹੁਣ ਤੱਕ ਡਾਕੂ ਵਾਲੇ ਕੀਤੇ ਨੇ ਤੇ ਮਜਬੂਰੀ ਵਸ ਮੈਂ ਦਰਬੇਸ਼ ਬਣ ਗਿਆ ਵੇਗਾ ਤਾਂ ਇਥੇ ਲੋਕ ਅੰਦਾਜ਼ਾ ਲਾ ਲੈਂਦੇ ਯਾਰ ਵੀ ਬੰਦਾ ਬਦਲ ਨਹੀਂ ਸਕਦਾ ਜੀ ਠੀਕ ਹੈ ਇਹ ਇਹਦੇ ਮੌਕਾ ਪ੍ਰਸਤ ਮਤਲਬ ਹੈਗਾ ਇਹ ਤਾਂ ਇਦਰਵੇਸ਼ ਬਣਿਆ ਤੁਸੀਂ ਵੇਖੋ ਕਿ ਇਹ ਜਿੰਨੀਆਂ ਪਾਰਟੀਆਂ ਛੱਡ ਕੇ ਆਇਆ ਉਹਨਾਂ ਪਾਰਟੀਆਂ ਦੇ ਸਬੰਧ ਵਿੱਚ ਜਦੋਂ ਉਹਨਾਂ ਚ ਰਹਿੰਦਾ ਸੀਗਾ ਤੇ ਉਹ ਵਿਵਹਾਰ ਕਰਦਾ ਸੀ ਜਿਵੇਂ ਜੰਮਿਆ ਵੀ ਇਸ ਪਾਰਟੀ ਵਾਸਤੇ ਤੇ ਇਹ ਅੰਤ ਵੀ ਇਹਦਾ ਇਸੇ ਪਾਰਟੀ ਤੋਂ ਹੋਵੇਗਾ ਲੇਕਿਨ ਨਹੀਂ ਇਸ ਤਰ੍ਹਾਂ ਹੋਇਆ ਔਰ ਦੂਜੀ ਗੱਲ ਧਰਮ ਦੇ ਨਾਮ ਦੇ ਉੱਪਰ ਜਿੱਥੇ ਤੱਕ ਇਹ ਗੱਲ ਕਰਦਾ ਰਿਹਾ ਸੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਕਟਾਰੇ ਚ ਖੜੇ ਕਰਨ ਦੀ ਜਾਂ ਉਹਨਾਂ ਨੂੰ ਸਜ਼ਾਵਾ ਦਿਵਾਉਣ ਦੀ ਔਰ ਉਸ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਚਰਨਜੀਤ ਚੰਨੀ ਨੂੰ ਵੀ ਪੁਣਦਾ ਰਿਹਾ ਹੁਣ ਵੀ ਇਹ ਸਿੱਧੇ ਤੌਰ ਤੇ ਉਹਨਾਂ ਦੀ ਆਲੋਚਨਾ ਕਰਦਾ ਹੈ ਪਰ ਇਹਦਾ ਖੁਦ ਦਾ ਵਿਵਹਾਰ ਕਿਹਜਾ ਜਿਹੜਾ ਸ਼ਬਦ ਗੁਰੂ ਦੇ ਵਿੱਚ ਵੈਸੇ ਵਿਸ਼ਵਾਸ ਨਹੀਂ ਕਰਦਾ ਉਹਨੂੰ ਤਾਂ ਇਹ ਕੋਈ ਹੱਕ ਹੀ ਨਹੀਂ ਪਹੁੰਚਦਾ ਕਿਉਂਕਿ ਉਹ ਖੁਦ ਨਿਰੰਤਰ ਬੇਅਦਬੀ ਕਰਦਾ ਹੈ ਤਾਂ ਹੁਣ ਜਿਹੜਾ ਇਹ ਪੰਜਾਬ ਮਾਡਲ ਪੇਸ਼ ਕਰਦਾ ਹੈ ਤੁਸੀਂ ਦੇਖਿਓ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਇਸ ਕਾਂਗਰਸ 'ਚ ਕੋਹਰਾ ਮੱਚਣ ਵਾਲਾ ਔਰ ਉਹ ਕੋਈ ਦਿਨ ਬਹੁਤ ਨਹੀਂ ਗਏ ਇੱਕ ਦੋ ਦਿਨ ਹੀ ਨੇ ਉਹਦਾ ਕਾਰਨ ਕੀ ਹੈ ਕਿ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੂੰ ਜਿਹੜੀ ਕਮੇਟੀ ਹੈ ਮੈਨੀਫੈਸਟੋ ਕਮੇਟੀ ਉਹਦੇ ਪਰਮੁਖ ਖ ਲਾਇਆ ਗਿਆ ਇਹ ਪਹਿਲੀ ਵਾਰ ਹੈ ਕਿ ਜਦੋਂ ਮੈਨੀਫੈਸਟੋ ਤਾਂ ਆਇਆ ਕੋਈ ਨਹੀਂ ਤੇ ਪੰਜਾਬ ਮਾਡਲ ਪੇਸ਼ ਕੀਤਾ ਜਾ ਰਿਹਾ ਇਹਦਾ ਮਤਲਬ ਇਹ ਹੈ ਕਿ ਮੈਨੀਫੈਸਟੋ ਤਾਂ ਆਲਰੇਡੀ ਫਿਰ ਜ਼ਾਹਿਰੀ ਹੋ ਗਿਆ ਇਹ ਕੋਈ ਇਹਦਾ ਇਹਦਾ ਪੰਜਾਬ ਮਾਡਲ ਹੀ ਮੈਨੀਫੈਸਟੋ ਹੈ। ਮੈਂ ਮੈਨੀਫੈਸਟੋ ਵਿੱਚ ਕੀ ਆਊਗਾ ਛਣਕਣਾ ਫਿਰ? ਉਹਦੇ ਵਿੱਚ ਕੀ ਹੋਊਗਾ? ਉਹ ਖਾਲੀ ਸਫੇ ਹੋਣਗੇ ਤੇ ਉੱਤੇ ਪੰਜਾਬ ਮਾਡਲ ਛਪਿਆ ਹੋਏਗਾ। ਹੂੰ ਹੂੰ। ਤੋਂ ਗੱਲ ਹੈਗੀ ਹੈ ਕਿ ਇਹ ਬੰਦਾ ਜਿਹੜਾ ਹੈ ਲੋਕਾਂ ਨੂੰ ਗੁੰਮਰਾ ਕਰ ਰਿਹਾ ਔਰ ਇਹ ਇਹ ਕਹਿ ਰਿਹਾ ਕਿ ਲੋਕ ਇਹ ਫੈਸਲਾ ਕਰਨਗੇ ਕਿ ਪੰਜਾਬ ਦਾ ਮੁੱਖ ਮੰਤਰੀ ਕੌਣ ਹੋਊਗਾ। ਉਹ ਵੀ ਜ਼ਹਰਾ ਤੌਰ ਤੇ ਚਰਨਜੀਤ ਸਿੰਘ ਚੱਲਨੀ ਜੇ ਲੜਾਈ ਲੜਨਗੇ ਤਾਂ ਮੁੱਖ ਮੰਤਰੀ ਹੋਣਗੇ ਉਹ। ਔਰ ਉਹਨਾਂ ਨੇ 111 ਦਿਨਾਂ ਦੇ ਵਿੱਚ ਜੋ-ਜੋ ਕੀਤਾ ਉਹ ਪਹਿਲਾਂ ਕਿਸੇ ਤੋਂ ਨਹੀਂ ਹੋਇਆ। ਔਰ ਉਹ ਪਹਿਲਾਂ ਲੋਕ ਕਰ ਵੀ ਸਕਦੇ ਸੀਗੇ ਪਰ ਨਹੀਂ ਕੀਤਾ ਉਹਨਾਂ ਨੇ ਕਿਉਂਕਿ ਉਹਨਾਂ ਕੋਲ ਇੱਛਾ ਸ਼ਕਤੀ ਨਹੀਂ ਸੀ ਆਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਵੀ ਜੋ ਮਰਜ਼ੀ ਹੋਵੇ ਕੋਸ਼ਿਸ਼ ਕੀਤੀ ਕੋਸ਼ਿਸ਼ ਤਾਂ ਕੀਤੀ ਬਿਲਕੁਲ ਠੀਕ ਹੈ ਔਰ ਕਈ ਫੈਸਲੇ ਐਸੇ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਤੁਹਾਨੂੰ ਪਤਾ ਕੇਂਦਰ ਦੇ ਵਿੱਚ ਭਾਜਪਾ ਦੀ ਸਰਕਾਰ ਹੈ ਹਮ ਔਰ ਜੇ ਵੀ ਕੋਈ ਜੁੜੀ ਵੀ ਕੋਈ ਮਤਲਬ ਕੋਈ ਬਿੱਲ ਬਣਦਾ ਜਾਂ ਕੋਈ ਫੈਸਲਾ ਕਰਦੀ ਹੈ ਸਰਕਾਰ ਉਹਦੀ ਜਿਹੜੀ ਪ੍ਰਵਾਨਗੀ ਅਲਟੀਮੇਟ ਹੁੰਦੀ ਹੈ ਉਹ ਗਵਰਨਰ ਦਿੰਦਾ ਮੇਨੂ ਇੱਕ ਗੱਲ ਦੱਸੋ ਕਿ ਮੈਂ ਜੇ ਕਿਸੇ ਪਾਰਟੀ ਨਾਲ ਸੰਬੰਧਤ ਆ ਤੇ ਮੇਰੀ ਸਰਕਾਰ ਆ ਕੇਂਦਰ ਦੇ ਵਿੱਚ ਤਾਂ ਮੈਂ ਆਪਣੇ ਗਵਰਨਰ ਨੂੰ ਕਿਉਂ ਕਹੂੰਗਾ ਵੀ ਤੂੰ ਸਹੀ ਮਾਰੀ ਚੱਲੇ ਦਿੱਤੇ ਮੈਂ ਤਾਂ ਕਹੂੰਗਾ ਜਿੰਨਾ ਵੱਧ ਤੋਂ ਵੱਧ ਰੁੜਾ ਟਕਾਇਆ ਜਾ ਸਕਦਾ ਟਕਾਇਆ ਔਰ ਉਹਦੇ ਚਰਨਜੀਤ ਸਿੰਘ ਚੰਨੀ ਦਾ ਤਾਂ ਕੋਈ ਕਸੂਰ ਨਹੀਂ ਨਾ ਉਹਨਾਂ ਨੇ ਇੱਕ ਫੈਸਲਾ ਲਿਆ ਉਸ ਫੈਸਲੇ ਤੇ ਅਮਲ ਦਰਾਂਦ ਨਹੀਂ ਹੋਇਆ ਤਾਂ ਇਹ ਉਹਨਾਂ ਦਾ ਕਸੂਰ ਨਹੀਂਗਾ ਔਰ ਦੂਸਰੀ ਗੱਲ ਇਹ ਹੈ ਕਿ ਦੇਖੋ ਹੁਣ ਚਰਨਜੀਤ ਸਿੰਘ ਚੰਨੀ ਕੋ ਥਾਣੇਦਾਰ ਤਾਂ ਹੈ ਨਹੀਂਗਾ ਮਤਲਬ ਜਿੱਥੇ ਵੀ ਕਿਤੇ ਕੋਈ ਝਗੜਾ ਹੁੰਦਾ ਜਾਂ ਜਿੱਥੇ ਵੀ ਕਿਤੇ ਕੋਈ ਬੇਇਨਸਾਫੀ ਹੁੰਦੀ ਹੈ ਚਰਨਜੀਤ ਸਿੰਘ ਚੰਨੀ ਉੱਥੇ ਡੰਡਾ ਲੈ ਕੇ ਚਲਾ ਜਾਵੇ ਚੰਨੀ ਸਿੰਘ ਚੰਨੀ ਮੁੱਖ ਮੰਤਰੀ ਹੋ ਆਦੇਸ਼ ਦੇ ਸਕਦਾ ਹੈ ਹੁਣ ਇਹ ਬੰਦਾ ਕਹਿੰਦਾ ਦੇਖੋ ਖੁਦ ਤਾਂ ਇਹ ਇਹ ਐਲਾਨ ਕਰਦਾ ਹੈ ਕਿ ਜੀ ਮੈਂ ਇੰਨੇ ਹਜ਼ਾਰ ਰੁਪਏ ਤਾਂ ਔਰਤਾਂ ਨੂੰ ਮਿਲਿਆ ਕਰਨਗੇ ਆ ਪੜਨ ਵਾਲੇ ਬੱਚਿਆਂ ਨੂੰ ਮਿਲਣਗੇ ਅੱਠ ਗੈਸ ਸਿਲੰਡਰ ਦਿੱਤੇ ਜਾਣਗੇ ਉਹਦਾ ਮਜ਼ਾਕ ਵੀ ਉਡਾਇਆ ਬਹੁਤ ਸਾਰੇ ਲੋਕਾਂ ਨੇ ਹੁਣ ਗੱਲ ਇਹ ਆ ਕਿ ਤੂੰ ਉਹ ਗੱਲਾਂ ਜਿਹੜੀਆਂ ਤੇ ਚਰਨਜੀਤ ਸਿੰਘ ਚੰਨੀ ਦੀ ਤੂੰ ਆਲੋਚਨਾ ਕਰਦਾ ਰਿਹਾ ਉਹੀ ਕੁਛ ਤੂੰ ਕਰਨ ਲੱਗ ਗਿਆ ਜਿਹੜੇ ਲਾਲੀਪਾਪਸ ਦੀ ਤੂੰ ਗੱਲ ਕਰਦਾ ਸੀਗਾ ਉਦੋਂ ਆਪ ਵੀ ਉਹੀ ਵੰਡਣੇ ਸ਼ੁਰੂ ਕਰਦੇ ਆਪ ਵੀ ਉਹੀ ਤੂੰ ਵੰਡਣੇ ਸ਼ੁਰੂ ਕਰਤੇ ਵੀ ਤੇਰਾ ਕੋਈ ਜ਼ਮੀਰ ਕਿਰਦਾਰ ਕੋਈ ਸਟੈਂਡ ਹੈ ਬਹੁਤ ਸਾਰੇ ਲੋਕੋ ਚੀਤਲ ਇਹ ਕਹਿੰਦੇ ਨੇ ਜੜੀਆਂ ਵੀਡੀਓ ਵਾਇਰਲ ਹੁੰਦੀਆਂ ਨੇ ਜਾਂ ਉਹਨਾਂ تنਕੀਦ ਕਰਦੇ ਨੇ ਇਸ ਬੰਦੇ ਦੇ ਉਹ ਕਹਿੰਦੇ ਯਾਰ ਕਿਸੇ ਬੰਦੇ ਦਾ ਮਤਲਬ ਇਹ ਬੰਦਾ ਉਹ ਜਿਆ ਕਿ ਸਾਈਕਲ ਦਾ ਵੀ ਸਟੈਂਡ ਹੁੰਦਾ ਇਹ ਬੰਦੇ ਦਾ ਸਟੋਰੀ ਨਹੀਂ ਹੈ ਬਿਲਕੁਲ ਤੁਹਾਡੀ ਗੱਲ ਬਿਲਕੁਲ ਠੀਕ ਹੈ ਸ਼ਾਇਦ ਭਗਵੰਤ ਮਾਨ ਨੇ ਗੱਲ ਕਹੀ ਸੀ ਪੱਤਰਕਾਰਾਂ ਨੂੰ ਕਿ ਸਾਈਕਲ ਦਾ ਵੀ ਸਟੈਂਡ ਹੁੰਦਾ ਹੈ ਤੇ ਸਿੱਧੂ ਸਾਹਿਬ ਦਾ ਜਿਹੜਾ ਕੋਈ ਸਟੈਂਡ ਹੀ ਨਹੀਂ ਹੈ ਔਰ ਦੇਖਿਆ ਜਾਵੇ ਇਤਿਹਾਸ ਵੀ ਫੋਲਿਆ ਜਾਵੇ ਸਿੱਧੂ ਸਾਹਿਬ ਦਾ ਉਹਨਾਂ ਦੇ ਬਹੁਤ ਸਾਰੇ ਏਦਾਂ ਦੇ ਬਿਆਨ ਹੁੰਦੇ ਨੇ ਇੱਕ ਦਿਨ ਕੋਈ ਦਿਂਦਦੇ ਨੇ ਦੂਸਰੇ ਦਿਨ ਉਸ ਤੋਂ ਉਲਟ ਬਿਆਨ ਦੇ ਦਿੰਦੇ ਨੇ ਸੋ ਜਨਤਾ ਰਿਕਾਰਡ ਹਰ ਇੱਕ ਚੀਜ਼ ਕਰਕੇ ਰੱਖਦੀ ਹੈ ਦਿਮਾਗ ਦੇ ਵਿੱਚ ਚਾਹੇ ਕੈਮਰਿਆਂ ਦੇ ਵਿੱਚ ਰਿਕਾਰਡਿੰਗ ਹੋਵੇ ਇਹਦੇ ਨਾਲ ਹੀ ਹੁਣ ਅਗਲੀ ਗੱ ਬਾਰ ਆ ਕੇ ਉਹਨਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਸਭ ਦਾ ਧੰਨਵਾਦ ਕੀਤਾ ਧੰਨਵਾਦ ਦੇ ਵਿੱਚ ਵਿੱਚ ਉਹਨਾਂ ਨੇ ਪੰਜਾਬ ਸਰਕਾਰ ਦੇ ਉਹਨਾਂ ਮੰਤਰੀਆਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਉਹ ਕਹਿ ਰਹੇ ਨੇ ਕਿ ਜਿਨ੍ਹਾਂ ਮੰਤਰੀਆਂ ਨੇ ਚੰਨੀ ਸਰਕਾਰ ਦਾ ਨਾਂ ਤਾਂ ਕੋਈ ਮਤਲਬ ਐਲਾਨ ਮੰਨਿਆ ਮੇਰੇ ਮੁਤਾਬਕ ਮੇਰੇ ਮੈਨੂੰ ਫਸਾਨ ਦੇ ਮਾਮਲੇ ਦੇ ਵਿੱਚ ਨਾ ਹੀ ਕੋਈ ਲਾਲਚ ਮੰਨਿਆ ਨਾ ਕੋਈ ਧਮਕੀ ਮੰਨੀ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਪਹਿਲੀ ਵਾਰ ਹੋਊਗਾ ਕਿ ਇੰਨੇ ਡੀਜੀਪੀ ਜਿਹੜੇ ਨੇ ਬਦਲੇ ਗਏ ਨੇ ਇਸ ਤੋਂ ਇਲਾਵਾ ਉਹਨਾਂ ਨੇ ਇੱਕ ਬਹੁਤ ਵੱਡੀ ਗੱਲ ਕਹੀ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਰੈਲੀ ਦੇ ਬਾਰੇ ਇੱਥੇ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਮੋਦੀ ਸਾਹਿਬ ਨੂੰ ਕਾਫੀ ਹੱਦ ਤੱਕ ਜਿਹੜਾ ਡਰ ਸੀਗਾ ਪੰਜਾਬ ਸਰਕਾਰ ਦੀ ਪੂਰੀ ਦੀ ਪੂਰੀ ਕਹਿੰਦੇ ਪਲੈਨਿੰਗ ਸੀਗੀ ਕਿ ਮੋਦੀ ਸਾਹਿਬ ਦੇ ਉੱਤੇ ਕੋਈ ਹਮਲਾ ਜਿਹੜਾ ਕੀਤਾ ਜਾਵੇ ਤੁਸੀਂ ਇਹਦੇ ਬਾਰੇ ਕੀ ਕਹੋਗੇ ਦੇਖੋ ਬਾਹਰ ਆ ਕੇ ਉਹਨਾਂ ਨੇ ਬੜੇ ਭਾਵਕਮਨ ਨਾਲ ਪ੍ਰੈਸ ਕਾਨਫਰੰਸ ਕੀਤੀ ਕਿ ਮਰੇ ਭਾਵਕ ਵੀ ਹੋਏ ਉਹ ਕਹਿੰਦੇ ਵੀ ਬਹੁਤ ਸਾਰੀਆਂ ਔਰਤਾਂ ਨੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਮੈਂ ਨਾਡਾ ਸਭੂਤੀ ਮੱਥਾ ਟਿਕਣ ਗਿਆ ਤਾਂ ਮੈਨੂੰ ਉਹਨਾਂ ਨੇ ਜੱਫੀ ਪਾ ਲਈ ਪਿਆਰ ਦਿੱਤਾ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਮੈਂ ਹੀ ਵਿਕਰਮ ਸਿੰਘ ਮਜੀਠੀਆ ਹਾਂ ਮੈਂ ਉਹੀ ਬੰਦਾ ਹਾਂ ਜਿਹਦੇ ਮਗਰ ਮਤਲਬ ਇਸ ਤਰ੍ਹਾਂ ਜਿਹੜੀ ਸਰਕਾਰ ਨੇ ਪੁਲਿਸ ਵਗੈਰਾ ਲਾਈ ਹੋਈ ਆ ਜਾਂ ਮੈਨੂੰ ਸਿਆਸੀ ਬਦਲਾਖੋਰੀ ਦੇ ਤਹਿਤ ਗਲਤ ਝੂਠੇ ਮੁਕਦਮੇ 'ਚ ਫਸਾਇਆ ਜਾ ਰਿਹਾ ਹੈ ਤਾਂ ਲੋਕਾਂ ਦੀ ਮੇਰੇ ਨਾਲ ਹਮਦਰਦੀ ਸੀ ਔਰ ਮੈਂ ਧੰਨਵਾਦ ਕਰਦਾ ਉਹਨਾਂ ਅਫਸਰਾਨਾਂ ਦਾ ਵੀ ਜਿਨ੍ਹਾਂ ਨੇ ਕਿ ਸਰਕਾਰ ਦਾ ਹੁਕਮ ਨਹੀਂ ਮੰਨਿਆ ਔਰ इस करके डी जी पी बदले गए और सारा कुछ जियासी बदलाखोरी के तहत हो रहा है पर आ प्रधानमंत्री वाला जोड़ा बयान है यह बहुत इंपोर्टेंट है इंपोर्टेंट किमें वो कहीं पे निगाहें कहीं, कहीं पे, पे निशाना, निशाना। एक दरअसल एक गल जी इन्ह ने कही है पहली गल तो बेतर्क है तुम देखो प्रधानमंत्री उपर किसी ने रोड़ा नहीं सुटिया किसी ने कोई काने वाला तील नहीं चलाया ਕਿਸੇ ਨੇ ਕੋ ਪੂਟ ਬੜਾਕਾ ਨਹੀਂ ਬਜਾਇਆ ਉੱਥੇ ਠੀਕ ਹੈ ਕਿਸੇ ਨੇ ਕੈਰੀ ਅੱਖ ਨਾਲ ਤੱਕਿਆ ਨਹੀਂ ਜੀ ਜੇ ਉੱਥੇ ਗਏ ਵੀ ਕੋਈ ਤਾਂ ਉਹ ਭਾਜਪਾ ਦੇ ਹੀ ਕਾਰਜਕਰਤਾ ਸੀ ਜਿਹੜੇ ਉਹ ਝੰਡੇ ਲੈ ਕੇ ਉੱਥੇ ਪੁਲ ਤੇ ਪਹੁੰਚ ਗਏ ਔਰ ਕਿਸਾਨ ਕੋਈ ਵੀ ਉੱਥੇ ਨਹੀਂ ਆਇਆ ਕਿਉਂਕਿ ਕਿਸਾਨਾਂ ਨੂੰ ਇਸ ਗੱਲ ਦੀ ਖ਼ਬਰ ਹੀ ਨਹੀਂ ਸੀ ਕਿ ਇੱਥੇ ਕੌਣ ਆਇਆ ਹੋਇਆ ਪੁਲ ਤੇ ਕੌਣ ਖੜਾ ਪ੍ਰਧਾਨ ਮੰਤਰੀ ਦਾਵਾ ਕਰਦੇ ਰਹੇ ਨੇ ਕਿ ਉਹਨਾਂ ਦੀ 56 ਇੰਚ ਦੀ ਛਾਤੀ ਹੈ ਔਰ ਉਹ ਡਰਦੇ ਨਹੀਂ ਕਿਸੇ ਤੋਂ ਔਰ ਜਿਹੜਾ ਬੰਦਾ ਡਰਦਾ ਨਹੀਂ ਨਾ ਹੁੰਦਾ ਉਹ ਤਾਂ ਫਿਰ ਜੇ ਮੌਤ ਵੀ ਸਾਹਮਣੇ ਖੜੀ ਹੋਵੇ ਤਾਂ ਵੀ ਨਹੀਂ ਡਰਦਾ ਹੁੰਦਾ। ਹੂੰ ਔਰ ਉਹ ਇਹ ਕਦੇ ਵੀ ਨਹੀਂ ਕਹਿੰਦਾ ਕਿ ਮੈਂ ਜ਼ਿੰਦਾ ਬਚ ਗਿਆ ਜਮਾ ਇਹ ਹੋ ਗਿਆ ਸ਼ੁਕਰ ਨਹੀਂ ਕਰਦਾ। ਕਿਉਂਕਿ ਉਸ ਬੰਦੇ ਦਾ ਕਾਦੀ ਇੰਨਾ ਉੱਚਾ ਹੁੰਦਾ ਕਿ ਉਹ ਇਸ ਤਰ੍ਹਾਂ ਦਾ ਛੋਟਾ ਜਿਹਾ ਬਿਆਨ ਨਹੀਂ ਦਿੰਦਾ। ਹੂੰ ਕਿ ਆਪਣੇ ਆਪ ਨੂੰ ਵਿਚਾਰਾ ਨਹੀਂ ਬਣਾਉਂਦਾ। ਉਹ ਹਮਦਰਦੀ ਖੱਟਣ ਵਾਸਤੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਨਹੀਂ ਕਰਦਾ। ਹੁਣ ਇਹ ਬੰਦੇ ਨੇ ਵਿਕਰਮ ਸਿੰਘ ਮੁਰੀਠੀਆ ਨੇ ਜਿਹੜਾ ਬਿਆਨ ਦਿੱਤਾ ਹੈ ਹੂੰ ਇਹ ਬੜਾ ਮਤਲਬ ਸੋਚ ਸਮਝ ਕੇ ਦਿੱਤਾ ਗਿਆ ਹੈ। ਇਹਦੇ ਨਾਲ ਕੀ ਹੈ? ਇਹਦੇ ਨਾਲ ਇਹ ਹੈ ਵੀ ਸਰਕਾਰ ਹੂੰ ਇਹਨਾਂ ਦੀ ਸਹਾਇਤਾ ਤੇ ਆਵੇਗੀ। ਜੀ ਮੋਦੀ ਜੀ ਨੂੰ ਜਿੰਨਾ ਇਹ ਵਡਿਆਉਣਗੇ ਮਹਾਨ ਬਣਾਉਣਗੇ ਓਨੀ ਵੇਟੇ ਜ ਇਹਨਾਂ ਨੂੰ ਮਿਲੇਗੀ ਮਿਲੇਗੀ ਠੀਕ ਹੈ ਜੀ ਦੂਸਰੀ ਗੱਲ ਇਹ ਹੈ ਕਿ ਭਾਵੇਂ ਕਹਿ ਤਾਂ ਦਿੱਤਾ ਹੈ ਇਹਨਾਂ ਨੇ ਮਤਲਬ ਅਕਾਲੀ ਦਲ ਬਾਦਲ ਨੇ ਕਿ ਸਾਡਾ ਜਿਹੜਾ 9 ਮਾਸ ਦਾ ਰਿਸ਼ਤਾ ਸੀ ਉਹ ਭਾਜਪਾ ਨਾਲੋਂ ਟੁੱਟ ਗਿਆ ਪਰ ਇਹ ਟੁੱਟਿਆ ਟੱਟਿਆ ਕੋਈ ਨਹੀਂ ਕੋਈ ਨਹੀਂ ਉਹਨਾਂ ਦੇ ਬਿਆਨ ਤੋਂ ਸਾਫ਼-ਸਾਫ਼ ਪਤਾ ਇਹਨਾਂ ਦੇ ਬਿਆਨ ਤੋਂ ਸਾਫ਼ ਜ਼ਾਹਿਰ ਹੈ ਕਿ ਇਹਨਾਂ ਦੇ ਮੈਂਟਰ ਅਜੇ ਵੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਔਰ ਉਹੀ ਇਹਨਾਂ ਦੇ ਰਹਿਨੁਮਾਨ ਨੇ ਰਾਹਬਰ ਨੇ ਔਰ ਉਹ ਜੇ ਉਹਨਾਂ ਤੇ ਕੋਈ ਖਤਰਾ ਹੈ ਜਿਹੜਾ ਕਿ ਹੈ ਹੀ ਨਹੀਂ ਹੂੰ ਔਰ ਇਹ ਦੁਨੀਆ ਜਾਣਦੀ ਹੈ ਕਿ ਉਹਨਾਂ ਨੂੰ ਕੋਈ ਖਤਰਾ ਨਹੀਂ ਸੀ ਕਿਉਂਕਿ ਜੇ ਉਹਨਾਂ ਨੂੰ ਪਾਕਿਸਤਾਨ 'ਚ ਕੋਈ ਖਤਰਾ ਨਹੀਂ ਜੇ ਦੇਸ਼ ਦੇ ਹੋਰ ਸੂਬਿਆਂ ਦੇ ਵਿੱਚ ਉਹਨਾਂ ਨੂੰ ਕੋਈ ਖਤਰਾ ਨਹੀਂ ਜਿੱਤੇ ਉਹਨਾਂ ਦੀ ਵਿਰੋਧਤਾ ਵੀ ਹੁੰਦੀ ਰਹੀ ਹੈ ਤਾਂ ਫਿਰ ਪੰਜਾਬ 'ਚ ਖਤਰੇ ਦਾ ਮਤਲਬ ਹੀ ਨਹੀਂਗਾ ਕਿਉਂਕਿ ਇਹ ਪੰਜਾਬ ਉਹ ਹੈ ਜਿਹਨੇ ਹਿੰਦੁਸਤਾਨ ਦੀ ਅਜ਼ਮਤ ਦੀ ਅਣਖ ਦੀ ਆਬਰੂ ਦੀ ਰਖਵਾਲੀ ਕੀਤੀ ਹੈ ਔਰ ਇਹ ਉਹੀ ਪੰਜਾਬ ਹੈ ਜਿਹਨ ਦੇ ਲੋਕ ਚਰਖੜੀਆਂ ਤੇ ਚੜਨਾ ਜਾਣਦੇ ਨੇ ਤੱਤੀਆਂ ਤਵੀਆਂ ਤੇ ਸਾਡੇ ਗੁਰੂ ਸਾਹਿਬਾਨ ਬੈਠੇ ਨੇ ਕਾਦੇ ਵਾਸਤੇ ਜੀ ਬਿਲਕੁਲ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਸ਼ਹਾਦਤ ਕਿਉਂ ਦਿੱਤੀ ਕਾਦੇ ਵਾਸਤੇ ਉਹ ਜਿਹੜੇ ਤਿਲਕ ਜੰਜੂ ਦੇ ਰਾਖੇ ਐ ਉਸ ਸਰ ਜ਼ਮੀਨ ਤੇ ਕਿਸੇ ਵਿਅਕਤੀ ਉੱਪਰ ਇਸ ਤਰ੍ਹਾਂ ਦਾ ਹਮਲਾ ਹੋ ਹੀ ਕਿਵੇਂ ਸਕਦਾ ਹੋ ਹੀ ਨਹੀਂ ਸਕਦਾ ਬਿਲਕੁਲ ਹੋਰ ਕੋਈ ਹਮਲਾ ਹਮਲਾ ਨਹੀਂ ਸੀ ਇਹ ਸਿਰਫ ਇਹ ਗੱਲ ਹੈ ਕਿ ਇਹ ਇੱਕ ਰਾਜਨੀਤਿਕ ਸ਼ਤਰੰਜ ਦਾ ਦੀ ਚਾਲ ਸੀ ਔਰ ਉਹ ਚਾਲ ਕਾਮਯਾਬ ਨਹੀਂ ਹੋ ਸਕੀ ਕਿਉਂਕਿ ਸਾਰੇ ਆਲਮ ਚ ਇਸ ਗੱਲ ਦੀ ਵਿਰੋਧਤਾ ਹੋਈ ਕਿ ਯਾਰ ਪ੍ਰਧਾਨ ਮੰਤਰੀ ਹੋ ਕੇ ਔਰ ਜਿਹੜੇ ਆਪਣੇ ਆਪ ਨੂੰ ਇਹਨੇ ਬਹਾਦਰ ਪ੍ਰਧਾਨ ਮੰਤਰੀ ਕਹਿੰਦੇ ਨੇ ਜਿਹੜੇ ਮਤਲਬ ਇਹਨੇ ਤੰਗੀਆਂ ਤੁਰਸ਼ੀਆਂ ਦੇ ਮਾਹੌਲ ਚ ਪਲੇ ਤੇ ਜਿਨ੍ਹਾਂ ਨੇ ਇਨੀ ਜ਼ਿੰਦਗੀ ਚ ਕਸ਼ਮਕੀਤੀ ਕਸ਼ਮਕਸ਼ ਕੀਤੀ ਉਹ ਮੌਤ ਤੋਂ ਕਿਵੇਂ ਡਰ ਜਾਣਗੇ ਉਹਨਾਂ ਨੂੰ ਤਾਂ ਕਹਿਣਾ ਚਾਹੀਦਾ ਸੀਗਾ ਵੀ ਮੈਂ ਭਾਈ ਖੁਸ਼ ਆ ਕਿ ਮੈਂ ਮਤਲਬ ਪੰਜਾਬ ਦਾ ਬਹੁਤ ਉਹ ਸਾਰਾ ਕੁਝ ਵੇਖ ਲਿਆ ਜਿਹੜਾ ਮੈਂ ਵੈਸੇ ਤੌਰ ਪ੍ਰਧਾਨ ਮੰਤਰੀ ਨਹੀਂ ਵੇਖ ਸਕਦਾ ਸੀਗਾ ਮੈਂ ਪੁੱਲ ਤੇ ਖਲੋਇਆ ਮੈਨੂੰ ਹਰੀਆਂ ਫਸਲਾਂ ਦਿਸੀਆਂ ਉੱਥੇ ਔਰ ਮੈਨੂੰ ਸਿੰਪਲ ਸਿੰਪਲ ਸਧਾਰਨ ਲੋਕ ਦਿਸੇ ਔਰ ਕਿੰਨਾ ਮਤਲਬ ਲੋਕਾਂ ਦੇ ਵਿੱਚ ਉਤਸ਼ਾਹ ਸੀ ਮੈਨੂੰ ਮਿਲਣ ਦਾ ਦੇਖਣ ਦਾ ਪਰ ਮੇਰੀ ਮਜਬੂਰੀ ਇਹ ਹੈ ਕਿ ਮੈਂ ਪ੍ਰਧਾਨ ਮੰਤਰੀ ਹਾਂ ਔਰ ਮੈਂ ਉਸ ਤਰ੍ਹਾਂ ਨਹੀਂ ਵਿਚਰ ਸਕਦਾ ਜਿਸ ਤਰ੍ਹਾਂ ਇੱਕ ਸਧਾਰਨ ਵਿਅਕਤੀ ਵਿਚਰਦਾ ਹੈ ਜੀ ਤੋ ਬਿਕਰਮ ਸਿੰਘ ਮਜੀਠੀਆ ਦਾ ਇਹ ਬਿਆਨ ਸਿਰਫ ਭਾਜਪਾ ਨੂੰ ਖੁਸ਼ ਕਰਨ ਵਾਸਤੇ ਹੈ ਤੇ ਜੇ ਭਾਜਪਾ ਖੁਸ਼ ਹੋ ਜਾਵੇਗੀ ਤਾਂ ਬਿਕਰਮ ਸਿੰਘ ਮਜੀਠੀਆ ਦਾ ਕੋਈ ਵਾਰ ਨਹੀਂ ਕਰ ਸਕਦਾ ਬਿਲਕੁਲ ਡਰਗ ਕੇਸ ਮਾਮਲੇ ਦੇ ਵਿੱਚ ਜਿਹੜੀ ਭਾਜਪਾ ਸਰਕਾਰ ਇਹਨਾਂ ਦੀ ਪੂਰੀ ਜ਼ੋਰ ਜੜੀ ਹੈ ਮਦਦ ਕਰੇਗੀ ਸੋ ਇਹੀ ਇੱਕ ਪੂਰੀ ਤਰ੍ਹਾਂ ਇਹਨਾਂ ਦੀ ਪਲੈਨਿੰਗ ਸੀ ਇਸ ਬਿਆਨ ਦੇ ਪਿੱਛੇ ਇਹਦੇ ਨਾਲ ਹੀ ਸਰ ਇੱਕ ਗੱਲ ਅਗਲੀ ਹੋਰ ਕਰਾਂਗੇ ਕਿ ਹਰਦੁਆਰ ਤੇ ਦਿੱਲੀ ਦੇ ਵਿੱਚ ਨਾ ਦਿੱਤੇ ਗਏ ਨਫਰਤੀ ਭਾਸ਼ਣਾ ਦੇ ਖਿਲਾਫ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ ਉਹਦੀ ਸੁਣਵਾਈ ਤਾਂ ਫਿਲਹਾਲ ਕੱਲ ਹੋਏਗੀ ਪਟੀਸ਼ਨ ਦੇ ਵਿੱਚ ਇਹ ਕਿਹਾ ਗਿਆ ਕਿ ਜਿਨ੍ਹਾਂ ਨੇ ਨਫਰਤੀ ਭਾਸ਼ਣ ਦਿੱਤੇ ਨੇ ਨਾ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਸੋ ਕਾਰਵਾਈ ਦੀ ਮੰਗ ਜਿਹੜੀ ਹੈ ਮੰਗੀ ਗਈ ਹੈ ਖਾਸ ਤੌਰ ਤੇ ਇਹਨਾਂ ਭਾਸ਼ਣਾਾਂ ਦੇ ਵਿੱਚ ਮੁਸਲਿਮ ਪਾਈਚਾਰੇ ਨੂੰ ਜਿਹੜਾ ਟਾਰਗੇਟ ਬਣਾਇਆ ਗਿਆ ਸੀਗਾ ਇੱਥੇ ਦੂਸਰੀ ਗੱਲ ਮੈਂ ਤੁਹਾਨੂੰ ਇਹ ਕਰੂੰਗੀ ਕਿ ਯੂਪੀ ਦੇ ਉਪ ਮੁੱਖ ਮੰਤਰੀ ਕੇਸ਼ਵ ਜੀ ਦੇ ਨਾਲ ਇੱਕ ਪੱਤਰਕਾਰ ਦੇ ਨਾਲ ਗੱਲਬਾਤ ਹੋਈ ਬੀਬੀਸੀ ਦੇ ਜੀ ਪੱਤਰਕਾਰ ਨੇ ਜਦੋਂ ਉਹਨਾਂ ਨੂੰ ਧਰਮ ਸੰਸਦ ਦੇ ਮਾਮਲੇ ਦੇ ਵਿੱਚ ਸਵਾਲ ਪੁੱਛਣੇ ਸ਼ੁਰੂ ਕੀਤੇ ਤਾਂ ਕੇਸ਼ਵ ਜੀ ਨੇ ਕਾਫੀ ਕਹਿੰਦੇ ਅਨਾਂਕਾਨੀ ਕੀਤੀ ਹੈ ਉਹ ਜਿਹੜੀ ਪੂਰੀ ਦੀ ਪੂਰੀ ਇੰਟਰਵਿਊ ਛਾਪੀ ਵੀ ਗਈ ਔਰ ਕਾਫੀ ਹੱਦ ਤੱਕ ਉਹਨਾਂ ਨੇ ਇੰਟਰਵਿਊ ਬੰਦ ਕਰਨ ਤੋਂ ਬਾਅਦ ਇਹ ਕਿਹਾ ਗਿਆ ਕਿ ਇਹਨੂੰ ਡਿਲੀਟ ਕਰ ਦਿੱਤਾ ਜਾਵੇ ਉਹ ਤਾਂ ਚਲੋ ਕਿਤੇ ਡਾਟਾ ਕਹਿੰਦੇ ਰਿਕਵਰ ਹੋ ਗਿਆ ਤੇ ਉਹ ਜਿਹੜੀ ਸਾਰੀ ਇੰਟਰਵਿਊ ਛਪ ਗਈ ਸੋ ਉਹਨਾਂ ਨੇ ਇਸ ਮੁੱਦੇ ਦੇ ਉੱਤੇ ਧਰਮ ਸੰਸਦ ਦੇ ਮੁੱਦੇ ਦੇ ਉੱਤੇ ਕਿਉਂ ਅਨਾਂਕਾਨੀ ਕੀਤੀ ਤੇ ਉਹਨਾਂ ਨੇ ਇਹ ਕਿਉਂ ਕਿਹਾ ਕਿ ਰਾਜ ਸਾਧੂ ਬੁਰਸ਼ੀਗੇ ਉਹ ਕੀ ਕਹਿੰਦਾ ਕੀ ਨਹੀਂ ਕਹਿੰਦਾ ਸਾਡਾ ਉਹਦੇ ਕੋਈ ਜ਼ੋਰ ਨਹੀਂਗਾ ਹੂੰ ਠੀਕ ਹੈ ਪਰ ਇੱਕ ਸਵਾਲ ਇਹ ਹੈ ਕਿ ਜਿਹੜਾ ਹੈ ਸਾਧੂ ਸਾਧੂ ਹੋਣ ਦਾ ਮਤਲਬ ਕੀ ਹੈ ਕਿ ਉਹ ਮੁਕਮਲ ਇਨਸਾਨ ਤੋਂ ਵੀ ਅੱਗੇ ਵਾਲੀ ਸਟੇਜ ਤੇ ਆ ਹੂੰ ਜਿੱਥੇ ਉਹ ਭੇਦ ਭਾਵ ਨੂੰ ਸਵਕਾਰ ਹੀ ਨਹੀਂ ਕਰ ਸਕਦਾ ਉਹਦੇ ਨਜ਼ਰਾਂ ਦੇ ਵਿੱਚ ਰੰਗ ਨਸਲ ਜਾਤ ਪਾਤ ਉੱਚੀ ਨੀਚ ਜਾਂ ਧਰਮ ਦੇ ਜਾਂ ਫਿਰਕਿਆਂ ਦੇ ਪਹਾੜੇ ਨਹੀਂ ਹਨ ਹੂੰ ਕਿਉਂਕਿ ਜਦੋਂ ਕੋਈ ਵਿਅਕਤੀ ਪਰਮਾਤਮਾ ਤੱਕ ਪਹੁੰਚ ਜਾਂਦਾ ਹੈ ਜਾਂ ਅਧਿਆਤਮਿਕ ਉੱਚਤਾ ਵਾਲੀ ਸ਼੍ਰੇਣੀ ਤੇ ਪਹੁੰਚ ਜਾਂਦਾ ਹੈ ਉਸ ਵਿੱਚ ਸ਼ਾਮਲ ਹੋ ਜਾਂਦਾ ਤਾਂ ਫਿਰ ਉਹਦੇ ਵਾਸਤੇ ਤੋ ਹੀ 모ਹੀ 모ਹੀ ਤੋ ਹੀ ਅੰਤਰ ਕੈਸਾ ਵਾਲੀ ਸਥਿਤੀ ਵਰਤਦੀ ਹੈ ਉਹਦੀ ਮਾਨਸਿਕਤਾ ਇਸ ਤਰ੍ਹਾਂ ਦੀ ਹੋ ਜਾਂਦੀ ਹੈ ਸਭੇ ਸਾਂਝੀ ਵਾਲ ਸਦਾਇਣ ਕੋਈ ਨੰਦਸ ਬਾਹਰਾ ਜੀ ਤੋ ਇਹ ਹੈ ਉਹ ਅਧਿਆਤਮਿਕ ਸਥਿਤੀ ਜਿੱਥੇ ਬੈਰ ਬਿਰੋਧ ਦਾ ਮਤਲਬ ਹੀ ਕੋਈ ਨਹੀਂਗਾ ਇਹ ਜਿਹੜੇ ਸਾਧੂ ਉੱਥੇ ਇਕੱਠੇ ਹੋਏ ਧਰਮ ਸੰਸਦ ਦੇ ਨਾਮ ਤੇ ਇਹਨਾਂ ਨੇ ਕਿਹਾ ਇਹ ਕਿ ਜਿਹੜੇ ਮੁਸਲਮਾਨ ਨੇ ਜੀ ਤੁਸੀਂ ਇਹਨਾਂ ਨੂੰ ਖਤਮ ਕਰੋ ਕਤਲੇਆਮ ਵਰਗੇ ਸ਼ਬਦ ਵਰਤੇ ਗਏ ਔਰ ਦੇਖੋ ਸਤੰਮ ਜ਼ਰੀਫੀ ਕੀ ਹੈ ਹਮ ਕਿ ਹਾਈ ਕੋਰਟ ਦੀ ਸਾਬਕਾ ਜੱਜ ਅੰਜਨਾ ਪ੍ਰਕਾਸ਼ ਹਮ ਔਰ ਇੱਕ ਕੁਰਬਾਨ ਅਲੀ ਨਾਮ ਦੇ ਸ਼ਖਸ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਪਾਈ ਹੈ ਜਦ ਕਿ ਕਾਨੂੰਨ ਇਨਸਾਫ ਦਾ ਕੰਮ ਕੀ ਹੁੰਦਾ ਹਮ ਕਾਨੂੰਨ ਤੇ ਇਨਸਾਫ ਦਾ ਕੰਮ ਇਹ ਹੁੰਦਾ ਕਿ ਅੱਖਾਂ ਹਮੇਸ਼ਾ ਖੁੱਲੀਆਂ ਰਹਿਣ ਹਮ ਕੰਨ ਹਮੇਸ਼ਾ ਖੁੱਲੇ ਰਹਿਣ ਮਨ ਸਤਰਕ ਰਹੇ ਕਿ ਕਿਸੇ ਨਾਲ ਕੋਈ ਬੇਇਨਸਾਫੀ ਨਾ ਹੋਵੇ ਸੁਪਰੀਮ ਕੋਰਟ ਨੂੰ ਚਾਹੀਦਾ ਸੀ ਕਿ ਇਸ ਦਾ ਖੁਦ ਖੁਦੋ ਨੋਟਿਸ ਲੈਂਦੀ ਔਰ ਉਹ ਬੰਦੇ ਜਿਹੜੇ ਹਿੰਦੁਸਤਾਨ ਵਿੱਚ ਕਿਸੇ ਫਿਰਕੇ ਦਾ ਕਤਲੇਆਮ ਦਾ ਹੁਕਾ ਦਿੰਦੇ ਆ ਜੀ ਉਹਨਾਂ ਨੂੰ ਪਹਿਲੇ ਦਿਨੀ ਚੱਕ ਕੇ ਅੰਦਰ ਕਰਨਾ ਚਾਹੀਦਾ ਸੀਗਾ ਔਰ ਇਹੀ ਨਹੀਂ ਇੱਥੇ ਹੀ ਬਸ ਨਹੀਂ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਜਿਹੜਾ ਕਿ ਸਿਆਣੇ ਇਹ ਕਹਿੰਦੇ ਨੇ ਕਿ ਬੜਾ ਵੱਡਾ ਰਾਜਨੀਤਿਕ ਛੜੇੰਤਰ ਸੀ ਇਹ ਸਿਰਫ ਕਾਦੇ ਵਾਸਤੇ ਉੱਤਰ ਪ੍ਰਦੇਸ਼ ਵਿੱਚ ਵੋਟਾਂ ਨੂੰ ਪ੍ਰਭਾਵਿਤ ਕਰਨ ਵਾਸਤੇ ਪ੍ਰਧਾਨ ਮੰਤਰੀ ਨੂੰ ਵਿਚਾਰਾ ਬਣਾ ਕੇ ਪੇਸ਼ ਕਰਨ ਵਾਸਤੇ ਔਰ ਇਹਦੇ ਪੱਜ ਨਾਲ ਵੋਟਾਂ ਲੈਣ ਵਾਸਤੇ ਜੀ ਸੋ ਤੁਸੀਂ ਦੇਖੋ ਕਿ ਇੱਥੇ ਸਾਰਾ ਕੁਝ ਕਿਵੇਂ ਚੱਲਦਾ ਹੈ ਹਾਂ ਨਾ ਸੁਪਰੀਮ ਕੋਰਟ ਨੇ ਹੁਣ ਸੁਣਵਾਈ ਦੀ ਹਾਮੀ ਭਰੀ ਹੈ ਜੀ ਕਿਉਂਕਿ ਮਸਲਾ ਬੜਾ ਗੰਭੀਰ ਹੈ ਜਦੋਂ ਫਰਵਰੀ ਮਹੀਨੇ ਦੇ ਵਿੱਚ ਗੁਦਸ਼ਤਾ ਸਾਲ ਉੱਥੇ ਦੰਗੇ ਹੋਏ ਸੀ ਦਿੱਲੀ ਦੇ ਵਿੱਚ ਹਾਂ ਉਹ ਤੁਹਾਨੂੰ ਪਤਾ ਕਿ ਉੱਥੇ ਕਿਸ ਨੇ ਜ਼ਹਿਰੀਲੇ ਨਾਰੇ ਮਾਰੇਗੇ ਸਮਾਂ ਜੀ ਔਰ ਉਹਨਾਂ ਦੇ ਵਿੱਚ ਭਾਜਪਾ ਦੇ ਮੰਤਰੀ ਵਿਧਾਇਕ ਤੇ ਕਾਰਜਕਰਤਾ ਵੀ ਸ਼ਾਮਲ ਸਨ ਇੱਕ ਫਿਰਕੇ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਪਰ ਉਹਨਾਂ ਦੇ ਖਿਲਾਫ ਕੁਝ ਨਹੀਂ ਹੋਇਆ ਆ ਅਰਵਿੰਦ ਕੇਜਰੀਵਾਲ ਜਿਹੜਾ ਆਪਣੇ ਆਪ ਨੂੰ ਇਮਾਨਦਾਰ ਕਹਿੰਦਾ ਦਿੱਲੀ ਦਾ ਮੁੱਖ ਮੰਤਰੀ ਹੈ ਔਰ ਇਹਨੇ ਉਹਨਾਂ ਬੰਦਿਆਂ ਦੇ ਖਿਲਾਫ ਆਵਾਜ਼ ਤੱਕ ਨਹੀਂ ਉਠਾਈ ਨਹੀਂ ਠਾਈ ਜੀ ਠੀਕ ਇਹ ਬੰਦਾ ਆਪਣੇ ਆਪ ਨੂੰ ਹੁਣ ਸਿੱਖਾਂ ਦਾ ਹਮਦਰਦ ਤੇ ਪੰਜਾਬੀਆਂ ਦਾ ਹਮਦਰਦ ਕਹਿੰਦਾ ਪਰ ਦਿੱਲੀ ਵਿੱਚ ਕੀ ਹਾਲ ਹੈ ਦਿੱਲੀ ਵਿੱਚ ਇਹਦੇ ਮੰਤਰੀ ਮੰਡਲ ਚ ਇੱਕ ਵੀ ਸਿੱਖ ਸ਼ਾਮਲ ਨਹੀਂ ਕੀਤਾ ਗਿਆ ਔਰ ਇੱਕ ਕਦੇ ਸਿੱਖਾਂ ਦੇ ਮਤਲਬ ਹੱਕ ਚ ਕਦੇ ਖੜਾ ਵੀ ਨਹੀਂ ਹੋਇਆ ਔਰ ਦੂਸਰੀ ਗੱਲ ਦੇਖੋ ਕਿ ਪ੍ਰਧਾਨ ਮੰਤਰੀ ਦੀ ਫੇਰੀ ਨੂੰ ਲੈ ਕੇ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਤੇ ਸਿੱਖਾਂ ਨੂੰ ਨਿਸ਼ਾਨਾ ਬਣਾ ਰਹੇ ਨੇ ਇੱਕ ਸਿਰਫਰੇ ਨੇ ਇਥੋਂ ਤੱਕ ਕਹਿ ਦਿੱਤਾ ਕਿ ਅਸੀਂ ਤਾਂ ਨਾਮੋ ਨਿਸ਼ਾਨ ਮਿਟਾ ਦੇਾਂਗੇ ਸਿੱਖਾਂ ਦਾ ਔਰ ਇਹ ਇਹਨਾਂ ਨੂੰ ਕਾਗਜ਼ ਪੈਨ ਵੀ ਨਹੀਂ ਲੱਭਣਾ ਮਤਲਬ ਉਹ ਬੰਦੇ ਨਹੀਂ ਲੱਭਣੇ ਕਿ ਸਿੱਖ ਜਿਹੜੇ ਕਾਗਜ਼ ਪੈਨ ਦੀ ਵਰਤੋਂ ਕਰ ਸਕਣ ਹੂੰ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਪਰ ਗੱਲ ਇਹ ਹੈ ਕਿ ਤੁਸੀਂ ਬੁਝਦਲੀ ਦੇ ਇਤਿਹਾਸ ਨੂੰ ਖਤਮ ਕਿਵੇਂ ਕਰੋਗੇ ਕਿਵੇਂ ਕਰੋਗੇ ਤੁਹਾਡੀ ਬੁਝਦਲੀ ਦਾ ਇਤਿਹਾਸ ਤਾਂ ਸਾਰੀ ਦੁਨੀਆ ਜਾਣਦੀ ਹੈ ਕਿ ਇੱਥੇ ਕੀ ਕੁਝ ਹੁੰਦਾ ਰਿਹਾ ਹੈ ਜੀ ਇਸ ਤਰ੍ਹਾਂ ਦੀਆਂ ਗਿੱਦੜ ਭਪਕੀਆਂ ਕਿਸੇ ਹੋਰ ਨੂੰ ਤਾਂ ਚਲੋ ਦੇ ਦਿਓ ਹੂੰ ਪਰ ਇਹਨਾਂ ਨੂੰ ਪਤਾ ਹੈ ਨਾ ਵੀ ਸਿੱਖਾਂ ਦਾ ਮਤਲਬ ਕੀ ਹੁੰਦਾ ਹੂੰ ਇਹਨਾਂ ਨੂੰ ਪਤਾ ਨਾ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਾਜੀ ਹੋਈ ਜਿਹੜੀ ਕੌਮ ਹੈ ਹੂੰ ਉਹ ਕਿਸੇ ਤੋਂ ਨਹੀਂ ਡਰਦੀ ਹੂੰ ਬਿਲਕੁਲ ਉਹ ਕਿਸੇ ਮਤਲਬ ਜੋ ਮਨੁੱਖੀ ਜਾਮੇ 'ਚ ਆਇਆ ਉਹਦੇ ਤੋਂ ਨਹੀਂ ਡਰਦੀ ਉਹ ਇੱਕ ਅਕਾਲ ਪੁਰਖ ਤੋਂ ਡਰਦੀ ਹੈ ਔਰ ਉਹਦੀ ਰਜ਼ਾ 'ਚ ਰਹਿੰਦੀ ਹੈ ਔਰ ਇਹ ਜਿਹੜੇ ਬੰਦੇ ਗਿੱਦੜ ਭੰਕੀਆਂ ਦੇ ਰਹੇ ਨੇ ਇਹਨਾਂ ਨੂੰ ਇਸ ਗੱਲ ਦਾ ਇਲਮ ਨਹੀਂ ਹੈ ਕਿ ਜੇ ਅੱਜ ਹਿੰਦੁਸਤਾਨ ਆਜ਼ਾਦੀ ਦਾ ਨਿਗਮ ਆਂਡ ਰਿਹਾ ਹੂੰ ਉਹ ਇਸ ਪੰਜਾਬ ਸਦਕਾ ਹੈ ਹੂੰ ਬਿਲਕੁਲ ਇਹਨਾਂ ਨੂੰ ਨਹੀਂ ਭੁੱਲਣਾ ਚਾਹੀਦਾ ਸਰ ਇੱਥੇ ਮੈਂ ਤੁਹਾਡੇ ਨਾਲ ਗੱਲ ਇਹ ਕਰੂੰਗੀ ਚਾਹੇ ਸਿੱਖਾਂ ਦੇ ਪ੍ਰਤੀ ਇਹੋ ਜਿਹਾ ਕੋਈ ਬਿਆਨ ਹੋਵੇ ਚਾਹੇ ਮੁਸਲਮਾਨਾਂ ਦੇ ਪ੍ਰਤੀ ਹੋਵੇ ਚਾਹੇ ਹਿੰਦੂਆਂ ਦੇ ਪ੍ਰਤੀ ਹੋਵੇ ਕਿਸੇ ਵੀ ਫਿਰਕੇ ਦੇ ਪ੍ਰਤੀ ਇਹੋ ਜਿਹਾ ਬਿਆਨ ਦਿੱਤਾ ਜਾਵੇ ਕੋਸ਼ਿਸ਼ ਤਾਂ ਇਹੀ ਹੁੰਦੀ ਹੈ ਕਿ ਇਹੋ ਜਿਹਾ ਬਿਆਨ ਦੇ ਕੇ ਸਿਰਫ ਤਾਂ ਸਿਰਫ ਦੇਸ਼ ਦਾ ਜਿਹੜਾ ਮਾਹੌਲ ਖਰਾਬ ਕੀਤਾ ਜਾਵੇ ਲੋਕਾਂ ਦੇ ਮਨਾਂ ਦੇ ਵਿੱਚ ਨਫ਼ਰਤ ਪੈਦਾ ਕੀਤੀ ਜਾਵੇ ਹੋਰ ਕੋਈ ਜਿਹੜਾ ਮਕਸਦ ਨਹੀਂ ਹੁੰਦਾ ਪਰ ਅਫਸੋਸ ਇਸ ਗੱਲ ਦਾ ਹੈ ਕਿ ਪ੍ਰਧਾਨ ਮੰਤਰੀ ਨਹੀਂ ਬੋਲ ਰਹੇ ਜੀ ਪਰ ਆਸ਼ਰਪਤੀ ਚੁੱਪ ਨੇ ਚੁੱਪ ਨੇ ਬਿਲਕੁਲ ਮਤਲਬ ਕਿਉਂ ਐਡੀ ਵੱਡੀ ਗੱਲ ਕਹਿ ਦੇਣੀ ਕਿ ਇੱਕ ਫਿਰਕੇ ਦਾ ਤੁਸੀਂ ਖਤਲੇ ਆਮ ਕਰੋ ਸਰ ਪੱਤਰਕਾਰ ਨੇ ਜਦੋਂ ਇਹ ਸਵਾਲ ਕੀਤਾ ਕਿ ਧਰਮ ਸੰਸਦ ਦੇ ਮੁੱਦੇ ਦੇ ਉੱਤੇ ਪ੍ਰਧਾਨ ਮੰਤਰੀ ਸਾਹਿਬ ਦਾ ਹਜੇ ਤੱਕ ਕੋਈ ਬਿਆਨ ਕਿਉਂ ਨਹੀਂ ਆਇਆ ਉਹਨਾਂ ਨੇ ਇਹਦੇ ਬਾਰੇ ਕਿਉਂ ਨਹੀਂ ਕੋਈ ਗੱਲ ਕੀਤੀ ਤਾਂ ਉਹਨਾਂ ਨੇ ਸਾਫ਼-ਸਾਫ਼ ਕਿਹਾ ਕਿ ਇਸ ਮੁੱਦੇ ਦੇ ਉੱਤੇ ਮੇਰਾ ਗੱਲ ਹੀ ਨਾ ਕੀਤੀ ਜਾਵੇ ਕੇਸ਼ਵ ਮੋਰਿਆ ਨੇ ਜੀ ਔਰ ਭੱਜ ਗਿਆ ਉੱਠ ਕੇ ਹਮਤਲਬ ਇਹ ਉਹ ਬੰਦੇ ਨੇ ਤੁਸੀਂ ਸੱਪ ਹੁੰਦਾ ਨਾ ਹਮ ਉਹਦਾ ਮਤਲਬ ਉਹਦਾ ਮਤਲਬ ਜਿਹੜਾ ਉਹdif ਫਿਤਰਤਾ ਜਾਂ ਵਿਹਾਰ ਹੈ ਉਹ ਡੰਗ ਮਾਰਨਾ ਹੈ ਉਹਦੇ ਕੋਲ ਜ਼ਹਿਰ ਹੁੰਦਾ ਔਰ ਕੁਝ ਨਹੀਂ ਹੁੰਦਾ ਔਰ ਜ਼ਹਿਰ ਤੋਂ ਇਲਾਵਾ ਕੁਝ ਦੇ ਨਹੀਂ ਸਕਦਾ ਉਹ ਔਰ ਜਿਹਦੀ ਜੋ ਫਿਤਰਤ ਹੁੰਦੀ ਉਹਦੇ ਅੰਦਰ ਸਿਰਫ ਉਹੀ ਚੀਜ਼ ਬਾਹਰ ਇਸ ਤਰ੍ਹਾਂ ਦੇ ਬੜੇ ਸੱਪ ਨੇ ਪਰ ਉਹ ਵੀ ਹਨ ਜਿਹੜੇ ਸੱਪਾਂ ਦੀਆਂ ਸਿਰੀਆਂ ਪੀਣ ਪੀਣਾ ਜਾਣਦੇ ਬਿਲਕੁਲ ਤੋਂ ਉਹਨਾਂ ਬਾਰੇ ਇਹਨਾਂ ਨੂੰ ਇਲਮ ਨਹੀਂ ਇਹ ਸਮਝੀ ਜਾਂਦੇ ਨੇ ਕਿ ਸੱਪਾਂ ਤੇ ਸਰਬਸ਼ਕਤੀਮਾਨ ਹਨ ਪਰ ਨਹੀਂ ਜਿਹੜੇ ਸਿਰ ਪੈਂਦੇ ਨੇ ਉਹ ਤਾਕਤਵਰ ਹੁੰਦੇ ਨੇ ਔਰ ਬਹੁਤ ਸਾਰੇ ਹਨ ਐਸੇ ਹੁਣ ਤੁਸੀਂ ਹਿੰਦੁਸਤਾਨ ਦੇ ਵਿੱਚ ਕੋਈ ਇੱਕ ਫਿਰਕਾ ਤਾਂ ਰਹਿੰਦਾ ਨਹੀਂ ਕੋਈ ਇੱਕ ਧਰਮ ਦੇ ਲੋਕ ਨਹੀਂ ਚੰਗੇ ਭਲੇ ਅਸੀਂ ਸੁਖੀ ਵਸਦੇ ਸੀ ਕੋਈ ਮਤਲਬ ਤਫਰਕਾਤ ਨਹੀਂ ਸੀ ਕਿਤੇ ਵੀ ਮੈਂ ਦੋ ਤਿੰਨ ਵਾਰੀ ਮਲੇਰ ਕੋਟਲੇ ਗਿਆ ਹਾਂ ਔਰ ਸ਼ੂਟਿੰਗ ਦੇ ਸੰਬੰਧ ਵਿੱਚ ਜਦੋਂ ਨੂਰਦਸ਼ਨ ਦੀ ਸਰਵਿਸ ਕਰਦਾ ਸੀਗਾ ਤਾਂ ਉਸ ਵੇਲੇ ਪਹਿਲਾਂ ਪਹਿਲਾਂ ਮੈਨੂੰ ਐਂ ਲੱਗਦਾ ਸੀਗਾ ਕਿ ਕਿਉਂਕਿ ਮੁਸਲਮਾਨ ਬਹੁਤ ਵੱਡਾ ਵੜਾ ਇਲਾਕਾ ਹੈ ਔਰ ਮਲੇਰ ਤੇ ਕੋਟਲਾ ਇਹ ਦੋ ਅਲੱਗ-ਅਲੱਗ ਥਾਵਾਂ ਨੇ ਥਾਵਾਂ ਨੇ ਜੀ ਅੱਛਾ ਜੁੜ ਕੇ ਮਲੇਰ ਕੋਟਲਾ ਬਣਦਾ ਔਰ ਇਹ ਉਹੀ ਮੁਕੱਦਸ ਜ਼ਮੀਨ ਹੈ ਜਿੱਥੇ ਨਵਾਬ ਮਲੇਰ ਕੋਟਲਾ ਨੇ ਸਹਬਜ਼ਾਦਿਆਂ ਦੇ ਹੱਕ ਵਿੱਚ ਹਾ ਦਾ ਨਾਅਰਾ ਮਾਰਿਆ ਸੀ ਹੂੰ ਠੀਕ ਉੱਥੇ ਲੋਕ ਬੜਾ ਉਹਨਾਂ ਦਾ ਕਲਚਰ ਵੱਖਰਾ ਹੈ ਹੂੰ ਔਰ ਬੜੇ ਪਿਆਰ ਨਾਲ ਮਿਲਦੇ ਆ ਔਰ ਕਿਆ ਜ਼ੁਬਾਨ ਹੈ ਇਸੇ ਤਰ੍ਹਾਂ ਹੀ ਤੁਸੀਂ ਲਖਲੋ ਵੀ ਚਲੇ ਜਾਓ ਹੂੰ ਉੱਥੇ ਜਿਵੇਂ ਬੋਲਦੇ ਨੇ ਹైదరాబాద్ ਚਲੇ ਜਾਓ ਠੀਕ ਮਤਲਬ ਪਾਕਿਸਤਾਨ ਜਦੋਂ ਲੋਕ ਜਾਂਦੇ ਨੇ ਇੱਥੋਂ ਜੱਥਿਆਂ ਦੇ ਵਿੱਚ ਉਹ ਭਾਵੇਂ Hindu ਪੈਲਗ੍ਰਿਮਸ ਦਾ ਜਥਾ ਹੋਵੇ ਤੀਰਥ ਯਾਤਰੀਆਂ ਦਾ ਜਾਂ ਸਿੱਖਾਂ ਦਾ ਹੋਵੇ ਤਾਂ ਆ ਕੇ ਤਾਰੀਫਾਂ ਹੀ ਕੀ ਲਈ ਜਾਂਦੇ ਨੇ ਕਿ ਬਹੁਤ ਸਾਰੀਆਂ ਥਾਵਾਂ ਤੇ ਸਾਡੇ ਰੁਪਏ ਸੇ ਵੀ ਨਹੀਂ ਲੈਂਦੇ ਜੱਪੀਆਂ ਪਾਉਂਦੇ ਨੇ ਰੋਂਦੇ ਨੇ ਇਥੋਂ ਤੱਕ ਪਰ ਰਾਜਨੀਤੀ ਕੀ ਕਰਦੀ ਹੈ ਰਾਜਨੀਤੀ ਨੂੰ ਇਹ ਗੱਲ ਨਾਗਵਾਰ ਗੁਜ਼ਰਦੀ ਹੈ ਕਿ ਇਕੱਠੇ ਨਹੀਂ ਹੋਣ ਦਿੱਤਾ ਜਾਣਾ ਚਾਹੀਦਾ ਜੋ ਅੰਗਰੇਜ਼ ਦੀ ਨੀਤੀ ਸੀ ਪਾੜੋ ਤੇ ਰਾਜ ਕਰੋ ਉਹੀ ਹਰ ਸਿਆਸੀ ਜਮਾਤ ਦੀ ਨੀਤੀ ਹੁੰਦੀ ਹੈ ਕਿਸੇ ਦੀ ਘਟ ਹੁੰਦੀ ਹੈ ਕਿਸੇ ਦੀ ਵੱਧ ਹੁੰਦੀ ਹੈ ਜਿੱਥੋਂ ਤੱਕ ਕੁਝ ਸੋਰ ਸਿਆਸੀ ਪਾਰਟੀਆਂ ਦਾ ਸਵਾਲ ਹੈ ਉਹਨਾਂ ਚ ਕਾਂਗਰਸ ਵੀ ਸ਼ਾਮਲ ਹੈ ਇਹਨਾਂ ਨੂੰ ਅਸੀਂ ਲਿਬਰਲ ਪਾਰਟੀਆਂ ਕਹਿੰਦੇ ਹਾਂ ਬਿਲਕੁਲ ਬਹੁਤ ਥਾਵਾਂ ਦੇ ਉੱਤੇ ਇਹ ਵੀ ਮਤਲਬ ਇਸ ਤਰ੍ਹਾਂ ਧਰਮ ਦੇ ਨਾਮ ਤੇ ਆਪਣਾ ਸਿੱਕਾ ਚਲਾ ਜਾਂਦੀਆਂ ਨੇ ਮਤਲਬ ਕੋਈ ਐਸੀ ਚਾਲ ਚੱਲ ਜਾਂਦੀਆਂ ਨੇ ਜੀ ਪਰ ਜਦ ਤੋਂ ਭਾਜਪਾ ਦੀ ਅਗਵਾਈ ਵਾਲੀ ਐਨਡੀਆ ਸਰਕਾਰ ਉਹਦੇ ਵਿੱਚ ਆਈ ਹੈ ਤੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਨੇ ਮੈਂ ਕਈ ਵਾਰੀ ਸਮਝਦਾ ਹੁੰਨਾ ਕਦੇ ਮੈਨੂੰ ਲੱਗਦਾ ਕਿ ਤਾਂ ਬੜੇ ਜਜ਼ਬਾਤੀ ਨੇ ਔਰ ਉਹ ਰੋ ਵੀ ਪੈਂਦੇ ਨੇ ਪਰ ਗੱਲ ਇਹ ਹੈ ਕਿ ਉਹਨਾਂ ਨੂੰ ਜਿਸ ਗੱਲ ਤੇ ਰੋਣ ਆਉਣਾ ਚਾਹੀਦਾ ਹੈ ਜਿਸ ਗੱਲ ਦੇ ਉਹਨਾਂ ਨੂੰ ਇਹ ਕਹਿਣਾ ਚਾਹੀਦਾ ਵੀ ਨਹੀਂ ਭਾਈ ਇਹ ਮੈਂ ਪ੍ਰਧਾਨ ਮੰਤਰੀਆਂ ਮੈਂ ਨਹੀਂ ਇਹ ਟਾਲਟ ਕਰਦਾ ਔਰ ਮੈਂ ਕਤਈ ਮਤਲਬ ਇਸ ਨੂੰ ਬਰਦਾਸ਼ਤ ਨਹੀਂ ਕਰੂੰਗਾ ਔਰ ਜੇ ਇਸ ਧਰਤੀ ਦੇ ਉੱਪਰ ਕਿਸੇ ਬੰਦੇ ਨੇ ਧਰਮ ਨੂੰ ਲੈ ਕੇ ਪਾਲਣ ਦੀ ਕਿਸੇ ਨੂੰ ਕੋਸ਼ਿਸ਼ ਕੀਤੀ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਏਗਾ ਇਹ ਪ੍ਰਧਾਨ ਮੰਤਰੀ ਨੂੰ ਕਹਿਣਾ ਚਾਹੀਦਾ ਔਰ ਉਹ ਮਨ ਕੀ ਬਾਤ ਚ ਪਤਾ ਨਹੀਂ ਕੀ ਕੀ ਕਹਿੰਦੇ ਰਹਿੰਦੇ ਨੇ ਜੋ ਕਹਿਣਾ ਚਾਹੀਦਾ ਉਸ ਤੋਂ ਉਹ ਕਿਨਾਰਾ ਕਰ ਦਿੰਦੇ ਨੇ ਸਰ ਇਹ ਥਿੱਕ ਗੱਲ ਮੈਂ ਹੋਰ ਕਰੂੰਗੀ ਜਿਵੇਂ ਦੇਖੋ ਇੱਕ ਪੱਤਰਕਾਰ ਹੁੰਦਾ ਜਦੋਂ ਕਿਸੇ ਵੀ ਪੋਲਿਟੀਕਲ ਪਾਰਟੀ ਦੇ ਬੰਦੇ ਦੀ ਇੰਟਰਵਿਊ ਲੈਣ ਜਾਂਦਾ ਹੈ ਤਾਂ ਅਕਸਰ ਜਿਹੜਾ ਪੋਲੀਟੀਕਲੀ ਮਤਲਬ ਐਕਸਪੀਰੀਐਂਸਡ ਬੰਦਾ ਹੋਊਗਾ ਮੈਨੂੰ ਨਹੀਂ ਲੱਗਦਾ ਉਹਨੂੰ ਕਦੇ ਵੀ ਕੋਈ ਗੱਲ ਕਰਨ ਲੱਗਿਆ ਜਾਂ ਕਿਸੇ ਵੀ ਸਵਾਲ ਦਾ ਜਵਾਬ ਦੇਣ ਲੱਗਿਆ ਤਿਆਰੀ ਦੀ ਲੋੜ ਆ ਜਿਹੜਾ ਰਾਜਨੀਤੀ ਦੇ ਵਿੱਚ ਐ ਉਹ ਆਪਣੀ ਪਾਰਟੀ ਨਾਲ ਰਿਲੇਟਡ ਕੋਈ ਵੀ ਕੁਐਸਚਨ ਹੋਵੇ ਉਹਦਾ ਜਵਾਬ ਆਰਾਮ ਨਾਲ ਦੇ ਸਕਦਾ ਇੱਥੇ ਮੈਨੂੰ ਥੋੜਾ ਜਿਹਾ ਹਾਸਾ ਇਸ ਗੱਲ ਦਾ ਆਇਆ ਕਿ ਜਦੋਂ ਬੀਬੀਸੀ ਦੇ ਪੱਤਰਕਾਰ ਨੇ ਬਾਰ-ਬਾਰ ਉਹਨਾਂ ਨੂੰ ਧਰਮ ਸੰਸਦ ਦੇ ਸਵਾਲ ਕੀਤੇ ਤੇ ਉਹਨਾਂ ਨੇ ਇਹ ਕਿਹਾ ਕਿ ਜੇਕਰ ਤੂੰ ਮੈਨੂੰ ਪਹਿਲਾਂ ਦੱਸਿਆ ਹੁੰਦਾ ਕਿ ਤੂੰ ਇਹਦੇ ਬਾਰੇ ਮੇਰੇ ਨਾਲ ਗੱਲ ਕਰਨੀ ਮੈਂ ਤਿਆਰੀ ਕਰਕੇ ਆਉਂਦਾ ਸੋ ਸਵਾਲ ਹੀ ਖੜ ਦੇਖੋ ਮੇਰੀ ਗੱਲ ਸੁਣੋ ਜੇ ਹੁਣ ਤੁਸੀਂ ਗਿੱਦੜ ਨਾਲ ਇੰਟਰਵਿਊ ਕਰੋ ਹੂੰ ਉਹਨ ਸ਼ੇਰ ਦੀ ਗੱਲ ਥੋੜੀ ਕਰੂਗਾ ਹੂੰ ਉਹ ਤਾਂ ਗਿੱਦੜਾਂ ਦੀ ਗੱਲ ਕਰੂਗਾ ਔਰ ਉਹਨੂੰ ਉਹ ਅ ਗਿੱਦੜਾਂ ਦੀ ਗੱਲ ਹੀ ਸਮਝ ਆਊਗੀ ਸ਼ੇਰ ਦੀ ਗੱਲ ਉਹਨੂੰ ਸਮਝ ਨਹੀਂ ਆ ਸਕਦੀ ਸੱਪ ਨਾਲ ਗੱਲ ਕਰੋਗੇ ਉਹਨੂੰ ਸੱਪ ਦੀ ਗੱਲ ਹੀ ਸਮਝ ਆਊਗੀ ਕਿਉਂਕਿ ਉਹਦੇ ਤਸੱਵਰ ਦੇ ਵਿੱਚ ਹੋਰ ਕੋਈ ਚੀਜ਼ ਹੈ ਹੀ ਨਹੀਂਗੀ ਹੈ ਹੀ ਨਹੀਂ ਬਿਲਕੁਲ ਹਾਂ ਤਾਂ ਉਹ ਜ਼ਹਿਰ ਦੀ ਗੱਲ ਕਰੂਗਾ ਡੰਗ ਦੀ ਗੱਲ ਕਰੂਗਾ ਤਾਂ ਇਸ ਕਰਕੇ ਹੁਣ ਜੇ ਆਪ ਸੱਪ ਨੂੰ ਕਹੇ ਵੀ ਤੂੰ ਨਿਉਲੇ ਦੀ ਗੱਲ ਕਰਨੀ ਹੈ ਉਹ ਫਿਰ ਇਹੀ ਕਹੂਗਾ ਨਾ ਵੀ ਮੈਂ ਤਿਆਰੀ ਕਰਕੇ ਆਉਂਗਾ ਤਿਆਰੀ ਕਰਕੇ ਆਉਂਗਾ ਮੈਂ ਲਿਖ ਲੈਂਦਾ ਲਿਖ ਲੈਂਦਾ ਮੈਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਸੀ ਜੀ ਇਹਦੇ ਨਾਲ ਹੀ ਸਰ ਹੁਣ ਅਗਲੀ ਗੱਲ ਕਰਾਂਗੇ ਪੰਜਾਬ ਦੇ ਵਿੱਚ ਕਿਸਾਨੀ ਜਥੇਬੰਦੀਆਂ ਨੂੰ ਲੈ ਕੇ ਬੀਕੇਯੂ ਉਗਰਾਹਾ ਦੇ ਵੱਲੋਂ ਕੱਲ ਤੱਕ ਤਾਂ ਉਹਨਾਂ ਨੇ ਇਹ ਕਿਹਾ ਸੀਗਾ ਕਿ ਅਸੀਂ ਇਹਨਾਂ ਤੋਂ ਵੱਖਰੇ ਆਂ ਜੜੀਆਂ ਜਿੱਥੇ ਬੰਦੀਆਂ ਚੋਣ ਲੜਨ ਗਈਆਂ ਉਹਨਾਂ ਤੋਂ ਅਸੀਂ ਵੱਖਰੇ ਆਂ ਅੱਜ ਉਹਨਾਂ ਨੇ ਇਹ ਕਿਹਾ ਕਿ ਅਸੀਂ ਚੋਣਾਂ ਦਾ ਬਾਈਕਾਟ ਨਹੀਂ ਕਰ ਰਹੇ ਬਾਈਕਾਟ ਨਹੀਂ ਕਰ ਰਹੇ ਪਰ ਚੋਣਾਂ ਦੇ ਦੌਰਾਨ ਸਾਡੀ ਜਿਹੜੀ ਜਥੇਬੰਦੀ ਹੈ ਉਹ ਨਿਰਲੇਪ ਰਹੇਗੀ ਨਿਰਲੇਪ ਦਾ ਮਤਲਬ ਉਹਨਾਂ ਨੇ ਸਾਫ਼-ਸਾਫ਼ ਇਹ ਕਿਹਾ ਹੈ ਕਿ ਸਾਡਾ ਕੋਈ ਵੀ ਵਿਅਕਤੀ ਜਿਹੜਾ ਹੈ ਨਾ ਤਾਂ ਕਿਸੇ ਵੀ ਤਰ੍ਹਾਂ ਦਾ ਉਮੀਦਵਾਰ ਬਣ ਕੇ ਕਿਸੇ ਬਲਾਕ ਚ ਕਿਸੇ ਸੁਭਾ ਪਦਰ ਤੇ ਖੜਾ ਹੋਊਗਾ ਤੇ ਨਾ ਹੀ ਕਿਸੇ ਹੋਰ ਉਮੀਦਵਾਰ ਨੂੰ ਗੜ ਹੈ ਸਹਿਮਤੀ ਦੇਊਗਾ ਹੁਣ ਸਵਾਲ ਮੈਂ ਤੁਹਾਨੂੰ ਇਹ ਪੁੱਛੂੰਗੀ ਲੋਕਤੰਤਰ ਦੀ ਸਰਕਾਰ ਹੈ ਲੋਕਾਂ ਦੀ ਸਰਕਾਰ ਹੈ ਤੇ ਲੋਕਾਂ ਦੀ ਸਰਕਾਰ ਦੇ ਵਿੱਚ ਇਦਾਂ ਕਿਵੇਂ ਹੋ ਸਕਦਾ ਇਹ ਮਤਲਬ ਦਾ ਮਤਲਬ ਇਹ ਹੈ ਕਹਿਣ ਦਾ ਵੀ ਨਾ ਤਾਂ ਅਸੀਂ ਆਪ ਖੜੇ ਹੋਵਾਂਗੇ ਨਾ ਕਿਸ ਨੂੰ ਖੜੇ ਹੋਣ ਦੇਵਾਂਗੇ ਜਿਹੜਾ ਖੜਾ ਹੋਊਗਾ ਉਹਦੀਆਂ ਲੱਤਾਂ ਖਿੱਚਾਂਗੇ ਨਾ ਹੂੰ ਦੇਖੋ ਇਹਨਾਂ ਦਾ ਇਹ ਜਿਹੜਾ ਹੋਰ ਬਿਆਨ ਹੈ ਤੁਹਾਨੂੰ ਵਿਸਤ੍ਰਿਤ ਤਰੀਕੇ ਨਾਲ ਦੱਸ ਦਿਆਂ ਹੂੰ ਇਹ ਕਹਿੰਦੇ ਜਿਹੜੀ ਸੰਵਿਧਾਨਕ ਪ੍ਰਕਿਰਿਆ ਹੈ ਜਾਂ ਦੇਸ਼ ਦਾ ਸੰਵਿਧਾਨ ਹੈ ਜਾਂ ਸੰਸਦ ਹੈ ਵਿਦਾਨ ਸੁਭਾਵਾਂ ਨੇ ਜੀ ਇਹਨਾਂ ਦਾ ਕੋਈ ਅਰਥ ਨਹੀਂਗਾ ਹੂੰ ਠੀਕ ਹੈ ਹੂੰ ਮਤਲਬ ਇਹਦੇ ਨਾਲ ਕੋਈ ਪਰਪਸ ਸਰਵ ਨਹੀਂ ਹੁੰਦਾ ਔਰ ਲੋਕਾਂ ਦਾ ਇਹਦੇ ਨਾਲ ਕੋਈ ਭਲਾ ਨਹੀਂ ਹੁੰਦਾ ਹੂੰ ਇਹ ਸੰਸਥਾਵਾਂ ਨੇ ਜਿਹੜੀਆਂ ਇਹ ਬੋਧੀਆਂ ਹੋ ਚੁੱਕੀਆਂ ਨੇ ਬਈਆਂ ਹੋ ਚੁੱਕੀਆਂ ਨੇ ਹੂੰ ਤਾਂ ਇਸ ਕਰਕੇ ਆ ਵੋਟਾਂ ਦੀ ਜਿਹੜੀ ਰਾਜਨੀਤੀ ਹੈ ਮਤਲਬ ਇਹ ਇਹ ਸਿਸਟਮ ਇੱਕ ਬੇਹਾ ਸਿਸਟਮ ਆ ਹੈ ਹੂੰ ਇਹ ਕਹਿੰਦੇ ਵੀ ਸਾਨੂੰ ਕੀ ਚਾਹੀਦਾ ਵੀ ਸਾਨੂੰ ਸਿਸਟਮ ਨੂੰ ਬਦਲਣ ਵਾਸਤੇ ਅੰਦੋਲਨ ਕਰਨਾ ਚਾਹੀਦਾ ਹੂੰ ਪਰ ਲੋਕਤੰਤਰ ਕੀ ਹੈ ਲੋਕਤੰਤਰੀ ਵਿਵਸਥਾ ਦਾ ਆਧਾਰ ਹੈ ੂਟ ਪ੍ਰਣਾਲੀ ਬਿਲਕੁਲ ਅਸੀਂ ਆਪਣੇ ਨੁਮਾਇੰਦੇ ਚੁਣਦੇ ਹਾਂ ਹੂੰ ਪਰ ਕਿਸੇ ਨੇ ਸਾਡੀ ਤਾਣ ਤੇ ਗੋਡਾ ਨਹੀਂ ਰੱਖਿਆ ਹੁੰਦਾ ਵੀ ਤੁਸੀਂ ਗੁਰਧਾਰਾ ਸਿੰਘ ਨੂੰ ਚੁਣੋ ਬਿਲਕੁਲ ਜਾ ਨਾਜ਼ਰ ਸਿੰਘ ਨੂੰ ਵੋਟ ਪਾਓ ਜਾ ਨਾਜ਼ਰ ਸਿੰਘ ਨੂੰ ਵੋਟ ਪਾਓ ਇਹ ਤੁਹਾਡੇ ਦੇ ਡਿਪੈਂਡ ਕਰਦਾ ਹੈ ਬਹੁਤੀ ਬਹੁਤੀ ਗੱਲ ਹੈਗੀ ਤੁਹਾਨੂੰ ਕੋਈ ਪਸੰਦ ਨਹੀਂਗਾ ਹਮ ਹੈਨਾ ਤਾਂ ਤੁਸੀਂ ਨਾ ਪਾਓ ਔਰ ਬਹੁਤ ਲੋਕ ਇਦਾਂ ਦੇ ਹੈਗੇ ਵੀ ਨੇ ਜਿਹੜੇ ਕਹਿਣਗੇ ਅਸੀਂ ਕਿਸੇ ਨੂੰ ਵੋਟ ਨਹੀਂ ਪਾਉਂਦੇ ਅਸੀਂ ਕਿਸੇ ਨੂੰ ਨਹੀਂ ਸਾਰੇ ਦਾਗੀ ਨੇ ਹਮ ਜਦੋਂ ਲੋਕਾਂ ਦੇ ਵਿੱਚ ਵਿਆਪਕ ਚੇਤਨਤਾ ਆ ਜਾਵੇਗੀ ਹਮ ਤੇ ਲੋਕਾਂ ਨੂੰ ਤੁਸੀਂ ਪ੍ਰਿਪੇਅਰ ਕਰੋਗੇ ਕਿ ਦੇਖੋ ਇਹ ਬੰਦਾ ਉਹ 100% ਮਾੜਾ ਹਮ ਇਹ 64% ਮਾੜਾ ਤੇ ਆ 22% ਮਾੜਾ ਤੇ ਆਪਾਂ ਕਿਉਂ ਨਾ 22% ਵਾਲੇ ਨੂੰ ਵੋਟ ਪਾਈਏ ਤੇ ਕੋਸ਼ਿਸ਼ ਕਰੀਏ ਕਿ 22% ਵਾਲੇ ਨੂੰ ਆਪਾਂ ਇੰਨਾ ਕੁ ਮਜਬੂਰ ਕਰਦੀਏ ਕਿ ਭਾਈ ਤੂੰ 100% ਚੰਗਾ ਹੋ ਹੈਨਾ ਇਹ ਕਦੋਂ ਹੋਏਗਾ ਇਹ ਉਦੋਂ ਹੋਏਗਾ ਜਦੋਂ ਵਿਦਿਆਲਾ ਪਸਾਰ ਹੋਏਗਾ ਜਦੋਂ ਅੰਧਵਿਸ਼ਵਾਸ ਘਰਕ ਹੋ ਜਾਏਗਾ ਖਤਮ ਹੋ ਜਾਏਗਾ ਬਿਲਕੁਲ ਹੁਣ ਉਗਰਾਹਾ ਜੀ ਇੱਕ ਹੋਰ ਗੱਲ ਕਹਿਗੇ ਪਹਿਲਾਂ ਕਿ ਜੀ ਭਾਜਪਾ ਨੇ ਜੋ ਵੀ ਆ ਸਾਡੀਆਂ ਮੰਗਾਂ ਮੰਨ ਲੀਆਂ ਅਸੀਂ ਭਾਜਪਾ ਦਾ ਵਿਰੋਧ ਨਹੀਂ ਕਰਾਂਗੇ ਭਾਜਪਾ ਆਗੂਆਂ ਦਾ ਵਿਰੋਧ ਨਹੀਂ ਕਰਾਂਗੇ ਇਹ ਬਿਆਨ ਵੀ ਇਹਨਾਂ ਦਾ ਬੜੀ ਅਹਿਮੀਅਤ ਰੱਖਦਾ ਹੈ ਭਾਜਪਾ ਦਾ ਕਿਉਂ ਵਿਰੋਧ ਨਹੀਂ ਕਰੋਗੇ ਉਹ 750 ਬੰਦੇ ਸ਼ਹੀਦ ਹੋ ਗਏ ਜੀ ਔਰ 750 ਘਰਾਂ ਦੇ ਵਿੱਚ ਹਨੇਰਾ ਹੋ ਗਿਆ ਬਿਲਕੁਲ ਉਹਨਾਂ ਦੇ ਸਬੰਧ ਵਿੱਚ ਤੁਸੀਂ ਕੋਈ ਬਿਆਨ ਨਹੀਂ ਦਿੰਦੇ ਔਰ ਪ੍ਰਾਪਤੀ ਕੀ ਹੈ ਤੁਹਾਡੀ ਤੁਸੀਂ ਤਿੰਨ ਖੇਤੀ ਕਾਨੂੰਨ ਰੱਦ ਕਰਵਾਇਆ ਐ ਐਮਐਸਪੀ ਦੀ ਗਾਰੰਟੀ ਤੋਂ ਅੱਜ ਤੱਕ ਲਈ ਕਮੇਟੀ ਗੱਟ ਜੇ ਤੱਕ ਨਹੀਂ ਹੋਈ ਹੋਰ ਜਿਹੜੀਆਂ ਮੰਗਾਂ ਨੇ ਉਹਨਾਂ ਤੇ ਕੋਈ ਅਮਲ ਦਰਾਮਦ ਨਹੀਂ ਹੋਇਆ ਤੇ ਤੁਸੀਂ ਕਾਹਦੀਆਂ ਮਤਲਬ ਬਾਚੀਆਂ ਪਾਉਂਦੇ ਫਿਰਦੇ ਹੋ ਜੀ ਬਿਲਕੁਲ ਦੂਸਰੀ ਅਹਿਮ ਗੱਲ ਇਹ ਹੈ ਕਿ ਜਦੋਂ ਤੁਸੀਂ ਇਹ ਕਹਿੰਦੇ ਸੀ ਭਾਜਪਾ ਦਾ ਵਿਰੋਧ ਨਹੀਂ ਕਰਾਂਗੇ ਕਿਤੇ ਇਹ ਤਾਂ ਨਹੀਂ ਅੰਦਰਖਾਤੇ ਭਾਜਪਾ ਨਾਲ ਕੋਈ ਸਮਝਾਤਾ ਹੋਇਆ ਹ ਹ ਇਹ ਗੱਲ ਤੋਂ ਇਸ ਗੱਲ ਦੀ ਬੂਆ ਆ ਰਹੀ ਹੈ ਕਿਉਂਕਿ ਜੇ ਕਿਸਾਨ ਹੀ ਇੱਕ ਮੰਚ ਤੇ ਇਕੱਠੇ ਨਹੀਂ ਹੋ ਸਕਦੇ ਤਾਂ ਫਿਰ ਕੱਲ ਨੂੰ ਜਦੋਂ ਇਹ ਕੋਈ ਅੰਦੋਲਨ ਦੀ ਗੱਲ ਹੋਏਗੀ ਤਾਂ ਫਿਰ ਬਲਬੀਰ ਸਿੰਘ ਰਾਜੇਵਾਲ ਉਹੀ ਕਹਿਣਗੇ ਕਿ ਭਾਈ ਅਸੀਂ ਤੇਰੇ ਨਾਲ ਕਿਉਂ ਤੁਰੀਏ ਜਦੋਂ ਸਾਨੂੰ ਲੋੜ ਸੀ ਉਦੋਂ ਤੱਕ ਤੂੰ ਤੁਰਿਆ ਨਹੀਂਗਾ ਫਿਰ ਇੱਕ ਹੋਰ ਗੱਲ ਹੈ ਜੇ ਤੁਸੀਂ ਰਵਾਇਤੀ ਸਿਆਸੀ ਪਾਰਟੀਆਂ ਨੂੰ ਹੀ ਵੋਟਾਂ ਪਾਉਣੀਆਂ ਨੇ ਜਿਹੜੇ ਤੁਹਾਨੂੰ ਹੁਣ ਤੱਕ ਲੁੱਟਦੇ ਕੁੱਟਦੇ ਆਏ ਨੇ ਤਾਂ ਫਿਰ ਅਰਥ ਕੀ ਹੈ ਜਾਂ ਤਾਂ ਤੁਸੀਂ ਇਹ ਕਹੋ ਅਸੀਂ ਕਿਸੇ ਨੂੰ ਵੋਟ ਨਹੀਂ ਪਾਉਂਦੇ ਅਸੀਂ ਵੋਟ ਪਾਉਣ ਵੀ ਨਹੀਂ ਦਿੰਦੇ ਕਿਸੇ ਨੂੰ ਔਰ ਅਸੀਂ ਕਿਸੇ ਰਾਜਨੀਤਿਕ ਆਗੂ ਨੂੰ ਪਿੰਡ 'ਚ ਨਹੀਂ ਵੜਨ ਦੇਵਾਂਗੇ ਤਗੂ ਗੱਲ ਸਮਝ ਆਉਂਦੀ ਹੈ ਤੁਸੀਂ ਕਹਿ ਰਹੇ ਹੋ ਕਿ ਭਾਜਪਾ ਨੇ ਕਾਨੂੰਨ ਰੱਦ ਕਰਤੇ ਉਹ ਰੱਦ ਤਾਂ ਕਰਤੇ ਭਾਈ ਉਹਨਾਂ ਨੇ ਨਾਲੇ ਵੀ ਕਹਿਤਾ ਨਾ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਸਾਕਸ਼ੀ ਮਹਾਰਾਜ ਨੇ ਤੇ ਰਾਜਸਥਾਨ ਦੇ ਗਵਰਨਰ ਨੇ ਕਿ ਜੇ ਅਸੀਂ ਇਹ ਬਿੱਲ ਜਾਂ ਕਾਨੂੰਨ ਰੱਦ ਕੀਤੇ ਨੇ ਤੇ ਮੁੜ ਵੀ ਹੋ ਚਾ ਸਕਦੇ ਆ ਸਕਦੇ ਨੇ ਆਪਣਾ ਨਵਾਂ ਰੂਪ ਲੈ ਕੇ ਆ ਸਕਦੇ ਹਾਂ ਔਰ ਖੇਤੀਬਾੜੀ ਮੰਤਰੀ ਨੇ ਇਹ ਵੀ ਇਸ਼ਾਰਾ ਕੀਤਾ ਹੈ ਕਿ ਜੇ ਇੱਕ ਕਦਮ ਪਿੱਛੇ ਹਟਿਆ ਤੇ ਦੋ ਕਦਮ ਗਾਂ ਨੂੰ ਵੀ ਜਾ ਸਕਦੇ ਨੇ ਤਾਂ ਇਹ ਗੱਲ ਵੀ ਦਿਮਾਗ 'ਚ ਰੱਖਣੀ ਚਾਹੀਦੀ ਹੈ ਔਰ ਸਭ ਤੋਂ ਅਹਿਮ ਗੱਲ ਇਹ ਦਿਮਾਗ 'ਚ ਰੱਖਣੀ ਚਾਹੀਦੀ ਹੈ ਕਿ ਜਿਹੜੀ ਸਰਕਾਰ ਨੂੰ ਕਾਰਪੋਰੇਟ ਘਰਾਣਿਆਂ ਨੇ ਬਣਾਇਆ ਉਹ ਕਾਰਪੋਰੇਟ ਘਰਾਣਿਆਂ ਦੇ ਹਿੱਤ ਕਦੇ ਅਣਗੌਲਿਆ ਨਹੀਂ ਕਰੇਗੀ ਔਰ ਇਹ ਪੱਥਰ ਤੇ ਲਕੀਰ ਹੈ ਅੱਜ ਨਹੀਂ ਤਾਂ ਕੱਲ ਇਹ ਨਤੀਜਾ ਤੁਹਾਡੇ ਸਾਹਮਣੇ ਆ ਜਾਏਗਾ ਸੱਚ ਜਿਹੜਾ ਹੈ ਉਹ ਇਹੀ ਹੈ ਕਿ ਜੋ ਮਰਜ਼ੀ ਹੋ ਜੇ ਵਿੰਗਵਾਲ ਪਾ ਕੇ ਉਹ ਕਾਨੂੰਨ ਜਿਹੜੇ ਉਹ ਨਵੀਂ ਸ਼ਕਲ اختیار ਕਰਕੇ ਸਾਹਮਣੇ ਸਾਹਮਣੇ ਆਉਣਗੇ ਜੀ ਬਿਲਕੁਲ ਔਰ ਐਮਐਸਪੀ ਦੇ ਗਾਰੰਟੀ ਦਾ ਤੁਸੀਂ ਜ਼ੋਰ ਲਾ ਲਿਓ ਇਹ ਮਿਲ ਨਹੀਂ ਲੱਗੀ ਜੀ ਇਹਦੇ ਨਾਲ ਹੀ ਸਰ ਜਿੱਦਾਂ ਤੁਸੀਂ ਗੱਲ ਕੀਤੀ ਕਿ ਬਦਲਾਵ ਤਾਂ ਹੀ ਆਊਗਾ ਜਾਂ ਸਿਸਟਮ ਉਹਦਾ ਬਦਲੂਗਾ ਜਦੋਂ ਵਿੱਦਿਆ ਦਾ ਪਸਾਰਾ ਹੋਊਗਾ ਤੇ ਅੰਧਵਿਸ਼ਵਾਸ ਖਤਮ ਹੋਊਗਾ ਬਹੁਤ ਵੱਡੀ ਤੁਸੀਂ ਗੱਲ ਕਹੀ ਹੈ ਇੱਥੋਂ ਹੀ ਮੈਂ ਇੱਕ ਟੌਪਿਕ 'ਤੇ ਚੱਕੂੰਗੀ ਅ ਅੰਧਵਿਸ਼ਵਾਸ ਕਿੱਦਾਂ ਖਤਮ ਹੋ ਜਾਏ ਜਦੋਂ ਚੋਣਾਂ ਨਜ਼ਦੀਕ ਆndੀਆਂ ਨੇ ਤੇ ਹੁਣ 2 ਦਿਨ ਪਹਿਲਾਂ ਦੀ ਅਸੀਂ ਅਖਬਾਰ ਚ ਖਬਰ ਪੜ ਕੇ ਹੱਡਾਂ ਕਿ ਭਾਜਪਾ ਦੇ ਕੁਝ ਆਗੂ ਜਿਹੜੇ ਡੇਰਾ ਸਰਸਾ ਦੇ ਧਾਰਮਿਕ ਸਮਾਗਮ ਦੇ ਵਿੱਚ ਚਲੇ ਗਏ। ਉਹਨਾਂ ਨੇ ਉੱਥੇ ਜਾ ਕੇ ਕਿਹਾ ਜੀ ਸਸਾ ਅਸੀਂ ਰਾਜਨੀਤੀ ਕਰਨ ਨਹੀਂ ਆਏ ਸਿਰਫ ਧਾਰਮਿਕ ਸਮਾਗਮ ਦੇ ਵਿੱਚ ਸ਼ਾਮਲ ਹੋਣ ਆਏ ਆ। ਭਾਈ ਚੋਣਾਂ ਦੇ ਲੱਗੇ ਹੀ ਤੁਹਾਨੂੰ ਸਾਰੇ ਡੇਰੇ ਯਾਦ ਆ ਜਾਂਦੇ ਨੇ। ਸੋ ਕਿਵੇਂ ਜੇਕਰ ਤਾਂ ਆਗੂ ਹੀ ਕਿਸੇ ਵੀ ਪਾਰਟੀ ਦਾ ਹੋਵੇ ਆਪਾਂ ਖੰਲੀ ਭਾਜਪਾ ਦੀ ਗੱਲ ਨਹੀਂ ਕਰਦੇ ਹੋਰ ਵੀ ਬਹੁਤ ਸਾਰੇ ਇਦਾਂ ਦੇ ਆਪਾਂ ਕੁਦਾਰਨ ਹੈਗੇ ਨੇ ਜਿਹੜੇ ਵਕਖ ਵਕਖ ਡੇਰੇ ਵਿੱਚ ਜਾਣਾ ਸ਼ੁਰੂ ਹੋ ਜਾਂਦੇ ਨੇ ਤੇ ਆਮ ਜਨਤਾ ਜਿਹੜੀ ਕਿ ਅਨਪੜਿਆ ਜਿਸ ਨੂੰ ਜਿਹਦੇ ਅੰਦਰ ਹਜ ਦੇਖੋ ਡੇਰੇ ਅੰਧਵਿਸ਼ਵਾਸ ਦਾ ਪੁਖਤਾ ਪ੍ਰਮਾਣ ਨੇ ਹੂੰ ਡੇਰਿਆਂ ਦਾ ਮਤਲਬ ਹੈ ਕਿ ਅੰਧਵਿਸ਼ਵਾਸ ਦਾ ਪੱਧਰ ਕੀ ਆ ਹੂੰ ਮੈਂ ਬਹੁਤ ਸਾਰੇ ਜਦੋਂ ਘਰਾਂ ਚ ਜਾਨਾ ਹੂੰ ਤਾਂ ਹਰ ਘਰ ਦੇ ਵਿੱਚ ਨਾ ਇੱਕ ਹੋਰ ਹੀ ਫੋਟੋ ਜੀ ਲੱਗੀ ਹੁੰਦੀ ਹੈ ਲੱਗੀ ਹੁੰਦੀ ਬਿਲਕੁਲ ਤਾਂ ਪੁੱਛਦੇ ਕੌਣ ਨੇ ਇਹ ਜੀ ਸਾਡੇ ਬਾਬਾ ਜੀ ਨੇ ਧੂਰੀ ਵਾਲੇ ਹੂੰ ਕੋਈ ਕਹਿੰਦਾ ਇਹ ਸੰਗਤ ਵਾਲੇ ਬਾਬਾ ਜੀ ਨੇ ਕੋਈ ਕਹਿੰਦਾ ਰੂਮੀ ਵਾਲੇ ਬਾਬਾ ਜੀ ਨੇ ਹੂੰ ਤਾਂ ਕੋਈ ਕਹਿੰਦੇ ਜੀ ਇਹ ਬੱਲਾਂ ਵਾਲੇ ਬਾਬਾ ਜੀ ਨੇ ਮਤਲਬ ਕਈ ਤਰ੍ਹਾਂ ਦੇ ਕਰਾਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਤੁਹਾਨੂੰ ਬਾਬੇ ਦੇ ਬਾਲਾ ਨੇ ਕੋਈ ਕਹਿੰਦਾ ਵੀ ਇਹ ਬੱਕਰੀਆਂ ਵਾਲੇ ਸਾਧ ਨੇ ਕੋਈ ਕਹਿੰਦੇ ਇਹ ਘੱਗਰੀਆਂ ਵਾਲੇ ਸਾਧ ਨੇ ਕੋਈ ਕਹਿੰਦੇ ਟੱਪਰੀਆਂ ਵਾਲੇ ਸਾਧ ਨੇ ਸਾਧਾਂ ਦੀ ਗਿਣਤੀ ਕੋਈ ਨਹੀਂ ਦੁਆਬੇ ਦੇ ਵਿੱਚ ਨਾ ਤੁਸੀਂ ਜਿੱਥੇ ਮਰਦੀ ਚਲੇ ਜਾਓ 1 ਕਿਲੋਮੀਟਰ ਦੁਆਬਾ ਦਾ ਨਾ ਦੁਆਬੇ ਦਾ ਇੱਕ ਵੱਖਰਾ ਕਲਚਰ ਹੈ ਇੱਥੇ ਇੱਕ ਸਮਾਧ ਮਿਲੇਗੀ ਤੁਹਾਨੂੰ ਉੱਥੇ ਲਿਖਿਆ ਹੋਊਗਾ 9 ਗਜਾ ਪੀਰ ਫਲਾਨਾ ਗਜਾ ਪੀਰ ਪਤਾ ਨਹੀਂ 10 ਗਜਾ ਪੀਰ ਉਹ ਪੀਰਾਂ ਦੇ ਵੀ ਮਤਲਬ ਜਿਹੜੇ ਕਦ ਕਾਟ ਨਹੀਂ ਹੋ ਗਜਾਂ ਦੇ ਹਿਸਾਬ ਨਾਲ ਨੇ ਕੋਈ 12 ਗਜਾ ਪੀਰ ਕੋਈ 35 ਗਜਾ ਪੀਰ ਹੈ ਨਾ ਤਾਂ ਜਲੰਧਰ ਦੀ ਇੱਕ ਐਗਜ਼ਾਮਪਲ ਹੈ ਇੱਥੇ ਦੋ ਬਹੁਤ ਵੱਡੀਆਂ ਮਤਲਬ ਮਾਨਤਾ ਪ੍ਰਾਪਤ ਇੱਕ ਇਸ ਤਰ੍ਹਾਂ ਦੇ ਕਬਰਾਂ ਸੀਗੀਆਂ ਤੋਂ ਉੱਤੇ ਉਹਨਾਂ ਦੀਆਂ ਚਾਦਰਾਂੀਆਂ ਪਾਈਆਂ ਹੋਣੀਆਂ ਔਰ ਲੋਕ ਉੱਥੇ ਬੜੀ ਭੀੜ ਮਤਲਬ ਜੁੜਤੀ ਇੱਕ ਤਾਂ ਬਿਲਕੁਲ ਨਕੋਦਰ ਚੌਂਕ ਚ ਸੀ ਹਾਂ ਔਰ ਇੱਕ ਸੀਗੀ ਆਪਣੇ ਜਿੱਥੇ ਉਹ ਵੱਡਾ ਸਾਰਾ ਗੁਰਦੁਆਰਾ ਬਣਿਆ ਹੋਇਆ ਤਾਂ ਉੱਥੇ ਸੀ ਤੇ ਇੱਕ ਬਿਲਕੁਲ ਸ਼ਹਿਰ ਦੇ ਅੰਦਰ ਸੀ ਇੱਕ ਕੋਠੀ ਦੇ ਬਿਲਕੁਲ ਸਾਹਮਣੇ ਉੱਥੇ ਬੜਾ ਵੱਡਾ ਮੇਲਾ ਲਾਈਨਾਂ ਵੱਡੀਆਂ ਵੱਡੀਆਂ ਲੱਗਦੀਆਂ ਸੀ ਪਰ ਜਦੋਂ ਹਾਲਾਤ ਇਸ ਤਰ੍ਹਾਂ ਦੇ ਹੋ ਗਏ ਵੀ ਕੋਠੀ ਵਾਲੇ ਬੜੇ ਤੰਗ ਹੋ ਗਏ ਯਾਰ ਸਾਡੇ ਘਰ ਦੇ ਮੂਰੇ ਹੀ ਬਣਾਈ ਬੈਠੇ ਕਬਰ ਜੀ ਇਹ ਤਾਂ ਉਹਨਾਂ ਦੇ ਕੋਲ ਰਿਸ਼ਤੇ ਦਾ ਡਿਪਟੀ ਕਮਿਸ਼ਨਰ ਆਇਆ ਉਹਨੇ ਰਾਤ ਨੂੰ ਕਰਫਿਊ ਲਾ ਕੇ ਸਾਰਾ ਕੁਝ ਚੁਕਾਤਾ ਉਹਨਾਂ ਦੇ ਥੱਲੇ ਕੱਕ ਨਹੀਂ ਨਿਕਲਿਆ ਹੁਣ ਵਿਗਿਆਨਕ ਯੁੱਗ ਦੇ ਵਿੱਚ ਸਾਡੀ ਸੋਚ ਇਹ ਹੈ ਕਿ ਅਸੀਂ ਡੇਰਿਆਂ 'ਚੋਂ ਕੀ ਲੱਭਦੇ ਹਾਂ ਕਿ ਸਵਰਗ ਮਿਲੇਗਾ ਔਰ ਉਹ ਸਵਰਗ ਦੀ ਸਾਨੂੰ ਗਰੰਟੀ ਦਿੰਦੇ ਆ ਵੀ ਤੁਹਾਨੂੰ ਸਵਰਗ ਮਿਲੇਗਾ ਇੱਥੇ ਜੇ ਆਉਂਗੇ ਹਨਾ ਪਹਿਲੀ ਗੱਲ ਤੇ ਇਹ ਹੈ ਕਿ ਜੀ ਆਹ ਜਿੰਦਗੀ ਨਰਕ ਹੈ ਤਾਂ ਫਿਰ ਉਹ ਜਿੰਦਗੀ ਸਵਰਗ ਕਿਵੇਂ ਹੋਊਗੀ ਸਵਰਗ ਕਿਵੇਂ ਹੋ ਸਕਦਾ ਇਹਨੂੰ ਤਾਂ ਅਸੀਂ ਕਦੇ ਕੋਸ਼ਿਸ਼ ਨਹੀਂ ਕਰਦੇ ਸਵਰਗ ਬਣਾਉਣ ਦੀ ਹਨਾ ਤੇ ਇਨਾਂ ਬੁਬਨਿਆਂ ਦੇ ਪਿੱਛੇ ਅਸੀਂ ਲੱਗੇ ਫਿਰਦੇ ਹਾਂ ਕਿਵੇਂ ਬਿਲਕੁਲ ਔਰ ਚੰਗੇ ਭਲੇ ਬੰਦੇ ਕੋਈ ਕਹਿੰਦਾ ਜੀ ਮੈਂ ਮਤਲਬ ਗਯਤਰੀ ਮੰਤਰ ਦਾ ਪਾਠ ਕਰਾਉਣ ਗਿਆ ਸੀ ਉੱਥੇ ਕੋਈ ਕਹਿੰਦਾ ਮੈਂ ਬਗਲਾ ਮੁਖੀ ਦਾ ਪਾਠ ਕਰਾਉਣ ਚੱਲੇ ਆ ਹੁਣ ਮੈਨੂੰ ਇਹ ਗੱਲ ਸਮਝ ਨਹੀਂ ਆਉਂਦੀ ਕਿ ਤੁਸੀਂ ਇਹ ਸਾਰਾ ਕੁਝ ਕਾਦੇ ਵਾਸਤੇ ਕਰਦੇ ਹੋ ਜਿੰਨੀ ਦੇਰ ਤੱਕ ਤੁਸੀਂ ਇੱਥੇ ਲੋਕਾਂ ਦੀ ਜ਼ਿੰਦਗੀ ਬਿਹਤਰ ਨਹੀਂ ਬਣਾ ਸਕਦੇ ਆਪਣੀ ਜ਼ਿੰਦਗੀ ਕੁਸ਼ਨਵਾਣੀ ਬਣਾ ਸਕਦੇ ਤਾਂ ਫਿਰ ਇਸ ਜ਼ਿੰਦਗੀ ਦਾ ਫਾਇਦਾ ਕੀ ਇੱਥੇ ਸਰ ਤਾਂ ਹਨ ਮੈਂ ਇੱਕ ਹੋਰ ਗੱਲ ਕਰੂੰਗੀ ਮੈਨੂੰ ਨਾ ਇਹਨਾਂ ਤੋਂ ਇੱਕ ਗੱਲ ਅਜੇ ਤੱਕ ਇਹ ਸਮਝ ਨਹੀਂ ਆਈ ਚਾਹੇ ਤੁਸੀਂ ਕਿਸੇ ਵੀ ਡੇਰੇ ਨਾਲ ਜੁੜੇ ਹੋਆਂ ਕਿਸੇ ਵੀ ਬਾਬੇ ਨਾਲ ਜੁੜੇ ਹੋਆਂ ਕਿਸੇ ਵੀ ਕਿਸੇ ਵੀ ਸਾਧੂ ਨਾਲ ਜੁੜੇ ਹੋਏ ਹੋएं ਦੇਖੋ ਹਰ ਇੱਕ ਵਿਅਕਤੀ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਕੰਮ ਕਰਦਾ ਹੈ ਇਹਨਾਂ ਨੇ ਇਹ ਡੇਰਿਆਂ ਤੇ ਜਾਣ ਵਾਲੇ ਦਿਨ ਜਾਂ ਕੋਈ ਪਾਠ ਕਰਨਾ ਕੀਰਤਨ ਕਰਨਾ ਇਹਨਾਂ ਨੇ ਐਤਵਾਰ ਦਾ ਦਿਨ ਰੱਖਿਆ ਹੁੰਦਾ ਤੁਸੀਂ ਨੋਟ ਕਰਿਓ ਕਿ ਹਰੇਕ ਡੇਰੇ ਦੇ ਵਿੱਚ ਸੰਡੇ ਦੇ ਦਿਨ ਜਿਹੜੇ ਨੇ ਭਾਰੀ ਲੋਕ ਜਿਹੜੇ ਜਾਂਦੇ ਨੇ ਮੈਨੂੰ ਅਜੇ ਤੱਕ ਇੱਕ ਗੱਲ ਇਹ ਸਮਝ ਨਹੀਂ ਆਈ ਜਦ ਪੂਰਾ ਹਫਤਾ ਸੀ ਕੰਮ ਕਰਦੇ ਆ ਐਤਵਾਰ ਦਾ ਦਿਨ ਤਾਂ ਰੋਜ਼ਾਨਾ ਨੂੰ ਦੇਲ ਹੀ ਨਹੀਂ ਕਰਦਾ ਤੇ ਘਰ ਦੇ ਹੋਰ ਬੜੇ ਕੰਮ ਹੁੰਦੇ ਨੇ ਜਿਹੜੇ ਸਾਡੇ ਪੈਂਡਿੰਗ ਪਏ ਹੁੰਦੇ ਨੇ ਅਸੀਂ ਉਹ ਕਰਦੇ ਇਹ ਲੋ ਉਹ ਵੀ ਕੰਮ ਛੱਡ ਜਾਂਦੇ ਨੇ ਇਨੂੰ ਦੰਦ ਵਿਸ਼ਵਾਸ ਕਹਿੰਦੇ ਆ ਜੀ ਉਹਨਾਂ ਨੂੰ ਹੁੰਦਾ ਵੀ ਐਤਵਾਰ ਨੂੰ ਐਤਵਾਰ ਜਿਹੜਾ ਉਹ ਸਵਰਗ ਪ੍ਰਾਪਤੀ ਵਾਸਤੇ ਰੱਖ ਲੋ ਹਣਾ ਬਾਕੀ ਦਿਨ ਝੂਠ ਮਾਰਦੇ ਰਹੋ ਤੇ ਇੱਕ ਦਿਨ ਜਾ ਕੇ ਜਿਹੜੇ ਨੇ ਆਪਣੇ ਜਿੰਨੇ ਝੂਠ ਅਸੀਂ ਪੂਰੇ ਹਫਤੇ ਜਮਾਰੇ ਉਹ ਸਾਫ ਕਰ ਲਓ ਅਸੀਂ ਗੁਰਦੁਆਰੇ 'ਚ ਕੀ ਕਰਦੇ ਆ ਹਾਂ ਗੁਰਦੁਆਰੇ ਜੋ ਅਸੀਂ ਕੁਝ ਲੈ ਕੇ ਤਾਂ ਨਹੀਂ ਆਉਂਦੇ ਜੇ ਸੋਚੀਏ ਵੀ ਉੱਥੋਂ ਅਸੀਂ ਗੁਰਦੁਆਰੇ ਜੋ ਨਿਕਲ ਕੇ ਬੰਦੇ ਬਣ ਜਾਂਦੇ ਆ ਮਕਮਲ ਇਨਸਾਨ ਬਣ ਜਾਂਦੇ ਆ ਬਾਹਰ ਨਿਕਲਦੇ ਉਹੀ ਸਾਰੇ ਕੁਝ ਹੁੰਦਾ ਉਹੀ ਸਾਡੇ ਚ ਗਰੋਧ ਹੁੰਦਾ ਉਹੀ ਸਾਡੇ ਜਾਤ ਪਾਤ ਦੇ ਕਿੱਲੇ ਹੁੰਦੇ ਆ ਉਹੀ ਨਫਰਤਾਂ ਹੁੰਦੀਆਂ ਉਹੀ ਸਾੜੇ ਹੁੰਦੇ ਨੇ ਉਹੀ ਹੀਰ ਖਾਵਾਂ ਹੁੰਦੀਆਂ ਸਾਰਾ ਕੁਝ ਹੁੰਦਾ ਬਸ ਜਾਣੇ ਉੱਥੇ ਜਾ ਕੇ ਬੈਠ ਜਾਂਦੇ ਅੱਛਾ ਫਿਰ ਇੱਕ ਹੋਰ ਹੁੰਦਾ ਜਦੋਂ ਕੋਈ ਬੰਦਾ ਮਰ ਜਾਂਦਾ ਉਦੋਂ ਮਤਲਬ ਸਾਰਾ ਕੁਝ ਜਦੋਂ ਉੱਥੇ ਰੱਖੀਂਦੇ ਨੇ ਅਰਤੀ ਤਾਂ ਸਾਰੇ ਦੇਖ ਲਓ ਪਾ ਵਾਸਾਬ ਇਹ ਹੈ ਮਤਲਬ ਜ਼ਿੰਦਗੀ ਸਾਰੇ ਨੇ ਤੁਰ ਜਾਣਾ ਉੱਥੇ ਨਾ ਬੜੀਆਂ ਫਲਸਫੀਕਲ ਗੱਲਾਂ ਹੋਣਗੀਆਂ ਪੰਜ ਪੂਤਕ ਸਰੀਰ ਹੈ ਮਿੱਟੀ ਨੇ ਮਿੱਟੀ ਜੀ ਮਿਲ ਜਾਣਾ ਪਰ ਦੇਖੋ ਮਤਲਬ ਬੰਦਾ ਫੇਰ ਵੀ ਨਹੀਂ ਸਮਝਦਾ ਮਤਲਬ ਉਹ ਬੜੇ ਇਹੋ ਜਿਹੀ ਗੱਲਾਂ ਕਰਦੇ ਉਹ ਜਿਹੜਾ ਲੈਸਨ ਹੁੰਦਾ ਨਾ ਸਰ ਜਦੋਂ ਕਿਸੇ ਦੀ ਅਸੀਂ ਡੈਥ ਤੇ ਜਾਂਦੇ ਆ ਉਹ ਵੀ 2 4 5 7 ਮਿੰਟ ਦਾ ਹੀ ਹੁੰਦਾ ਬਾਹਰ ਆਂਦੇ ਸਰ ਫੇਰ ਅਸੀਂ ਭੁੱਲ ਜਾਂਦੇ ਨਹੀਂ ਨਹੀਂ ਉੱਥੇ ਹੀ ਭੁੱਲ ਜਾਂਦੇ ਆ ਉੱਥੇ ਥੋੜੀ ਦੇਰ ਪਹਿਲਾਂ ਗੱਲਾਂ ਕਰਦੇ ਆ ਦੇਖੋ ਜੀ ਜਦੋਂ ਅਰਥੀ ਨੂੰ ਅਗਲ ਆ ਜਾਂਦੀ ਨਾ ਬਸ ਆਹੀ ਹਸਿਆ ਲਾ ਫਿਰ ਉਹ ਪੁੱਛਣਗੇ ਕੌਣ ਖੜਾ ਹੋਇਆ ਤੁਹਾਡੇ ਉਦੋਂ ਇੱਥੋਂ ਗੱਲ ਸ਼ੁਰੂ ਹੋ ਜਾਂਦੀ ਉਹ ਜੀ ਕਾਨੂੰ ਖੜਾ ਹੋਇਆ ਅਸੀਂ ਤਾਂ ਚਾਹੁੰਦੇ ਨਹੀਂ ਸੀ ਇਹ ਖੜਾ ਹੋਵੇ ਇਹਦਾ ਹਰ ਬੰਸਲਾ ਨੇ ਲਿਆ ਕੇ ਉੱਕ ਤੋਂ ਬੰਦਾ ਬਿਠਾਤਾ ਮਤਲਬ ਉਹ ਤੇ ਫਿਰ ਸਿਆਸਤ ਦੀ ਗੱਲ ਸ਼ੁਰੂ ਹੋ ਜਾਂਦੀ ਸ਼ੁਰੂ ਹੋ ਜਾਂਦੀ ਹੈ ਜੀ ਫਿਰ ਨਾ ਬਾਹਰ ਜਦੋਂ ਨਿਕਲਦੇ ਆ ਉਹਦਾ ਪੂਰਾ ਹਾਸਾ ਠੱਟਾ ਹੋ ਰਿਹਾ ਹੁੰਦਾ ਗੱਲ ਇਹ ਹੁੰਦੀ ਆ ਕਿ ਮਰਨ ਵਾਲਾ ਮਰ ਜਾਂਦਾ ਜਿਹੜੇ ਉਹਦੇ ਕਰੀਬੀ ਹੁੰਦੇ ਨੇ ਜੀ ਜਿਹੜੇ ਲਹੂ ਦੇ ਸੰਗੀ ਹੁੰਦੇ ਨੇ ਸਿਰਫ ਅਫਸੋਸ ਉਹਨਾਂ ਨੂੰ ਹੁੰਦਾ ਬਾਕੀ ਸਾਰੇ ਤਮਾਸ਼ਾਈ ਹੁੰਦੇ ਨੇ شیخ ਸਾਦੀ ਨੇ ਇੱਕ ਬਹੁਤ ਵਧੀਆ ਗੱਲ ਕਹੀ ਸੀ ਕਿ ਜੇ ਸ਼ਹਿਰ ਦੇ ਚਰਸਤਿਆਂ ਤੇ ਕਬਰਿਸਤਾਨ ਬਣਾ ਦਿੱਤੇ ਜਾਣ ਜਿੱਥੇ ਲੋਕ ਫੁੱਕ ਦੇ ਦੱਬੇ ਜਾਂਦੇ ਵੇਖਣਾ ਤਾਂ ਹਰ ਬੰਦੇ ਦੀ ਅਕਲ ਟਿਕਾਣੇ ਆ ਜੇ ਪਰ ਗੱਲ ਇਹ ਆ ਕਿ ਅਸੀਂ ਉਹਨਾਂ ਨੂੰ ਕਿਉਂ ਸ਼ਹਿਰ ਤੋਂ ਬਾਹਰ ਬਣਾਉਂਦੇ ਹਾਂ ਕਿਉਂ ਆ ਪਿੰਡ ਤੋਂ ਬਾਹਰ ਬਣਾਉਂਦੇ ਆ ਤਾਂ ਕਿ ਜ਼ਿੰਦਗੀ ਦੀ ਹਕੀਕਤ ਵੱਲ ਧਿਆਨ ਨਾ ਜਾਵੇ ਐਸਕੇਪਿਜ਼ਮ ਕਹਿੰਦੇ ਆ ਇਹਨੂੰ ਕਿ ਅਸੀਂ ਮਤਲਬ ਉਹ ਦੇਖ ਨਾ ਸਕੀਏ ਦੇਖ ਨਾ ਸਕੀਏ ਤੇ ਜੇ ਰੋਜ਼ ਤੁਸੀਂ ਦੇਖੋ ਬਾਜ਼ਾਰ ਜਾਓ ਤੇ ਮਰਦਾ ਬਲਦਾ ਹੋਵੇ ਤੁਹਾਡੀ ਧਰਦ ਆਜੂ ਟਿਕਾਣੇ ਤੁਸੀਂ ਸੋਚੋਗੇ ਯਾਰ ਇਹ ਕੰਮ ਨਹੀਂ ਕਰਨਾ ਆਪਾਂ ਪਰ ਇਹ ਸਾਰਾ ਕੁਝ ਕਿਉਂ ਹੈ ਇਹ ਸਾਰਾ ਕੁਛ ਇਸ ਕਰਕੇ ਆ ਕਿ ਜ਼ਿੰਦਗੀ ਦੀਆਂ ਹਕੀਕਤਾਂ ਤੋਂ ਸਾਨੂੰ ਦੂਰ ਕਰਨ ਵਾਸਤੇ ਇਹ ਸਾਰੇ ਜਿਹੜੇ ਕਾਰਵਿਹਾਰ ਨੇ ਉਹ ਉਹਨਾਂ ਦਾ ਰੂਪ ਇਸ ਤਰ੍ਹਾਂ ਬਦਲਿਆ ਗਿਆ ਔਰ ਅੰਧਵਿਸ਼ਵਾਸ ਇਹ ਹੈ ਕਿ ਮਤਲਬ ਕਹਿੰਦੇ ਨੇ ਵੀ ਅਸੀਂ ਅਕਲ ਦੇ ਅੰਨੇ ਆ ਪੂਰੇ ਕਿ ਸਾਨੂੰ ਯਾਰ ਆਹ ਜ਼ਿੰਦਗੀ 'ਚ ਚੰਗੇ ਕੰਮ ਕਰਨ ਦਾ ਮੌਕਾ ਮਿਲਿਆ ਹੂੰ ਇਹਦੇ 'ਚ ਸਾਨੂੰ ਇਹ ਮਹਿਸੂਸ ਅਸੀਂ ਕਰ ਸਕਦੇ ਆ ਕਿ ਆਹ ਠੀਕ ਹੈ ਜਾਂ ਗਲਤ ਹੈ ਅਸੀਂ ਚੂਜ਼ ਕਰਨਾ ਹੈ ਗਲਤ ਜਾਂ ਠੀਕ ਹਾਂ ਨਾ ਉਹ ਡੇਰਿਆਂ ਦੇ ਵਿੱਚ ਸਾਨੂੰ ਕਹਿੰਦੇ ਆ ਵੀ ਤੁਸੀਂ ਇਹ ਗੱਲਾਂ ਨੂੰ ਛੱਡ ਦਿਓ ਛੱਡ ਦਿਓ ਹਾਂ ਆ ਨਾਮ ਸ਼ਬਦ ਅਸੀਂ ਤੁਹਾਨੂੰ ਦਿੰਨੇ ਆ ਬਸ ਤੁਸੀਂ ਤਰਜੋਗੇ ਜੋ ਮਰਜ਼ੀ ਕਰੀ ਜਾਓ ਸੋ ਇਹਦੇ ਨਾਲ ਹੀ ਨਾਲ ਚੰਗੇਰ ਪ੍ਰੋਗਰਾਮ ਦੇ ਵਿੱਚ ਅੱਜ ਗੱਲਾਂ ਫਿਲਹਾਲ ਇੰਨੀਆਂ ਹੀ ਕੱਲ ਫੇਰ ਹਾਜ਼ਰ ਹੋਵਾਂਗੇ ਲਿਆ ਕੇ ਸਿਆਸਤ ਨਾਲ ਪੱਖ ਦੇ ਮੁੱਦੇ ਤਦ ਤੱਕ ਲਈ ਕਰੋ ਇੰਤਜ਼ਾਰ ਤੇ ਸਾਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ